ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ। ਆਪਣਾ ਲਾਸਟ ਜਿਹੜਾ ਟੌਪਿਕ ਸੀ, ਇਹ ਲਾਸਟ ਦਾ ਜਿਹੜਾ ਆਪਣਾ ਨਿਮੀ ਸਾਈਡ ਤੇ ਲੈਕਚਰ ਦਿੱਤਾ ਸੀ, ਉਹ ਹੈਗਾ ਸੀ ਇਨਟੇਕ ਮੈਨੀਫੋਲਡ ਤੇ ਐਗਜ਼ਾਸਟ ਮੈਨੀਫੋਲਡ ਬਾਰੇ। ਸੋ ਆਪਾਂ ਲਾਸਟਲੇ ਲੈਕਚਰ ਦੇ ਵਿੱਚ ਪੜ੍ਹਿਆ ਸੀ ਕਿ ਇਨਟੇਕ ਮੈਨੀਫੋਲਡ ਤੇ ਕਿਹੜੇ ਕਿਹੜੇ ਕੰਪੋਨੈਂਟਸ ਲੱਗੇ ਹੁੰਦੇ ਆ ਤੇ ਐਗਜ਼ਾਸਟ ਮੈਨੀਫੋਲਡ ਤੇ ਕਿਹੜੇ ਕਿਹੜੇ ਲੱਗੇ ਹੁੰਦੇ ਆ। ਸੋ ਇਨਟੇਕ ਮੈਨੀਫੋਲਡ ਦਾ ਤੇ ਆਪਾਂ ਪੜ੍ਹ ਲਿਆ ਸੀ ਕਿ ਉਹਦੇ ਉੱਤੇ ਜਿਹੜਾ ਏਅਰ ਕਲੀਨਰ ਲੱਗਾ ਹੁੰਦਾ, ਉਹਦਾ ਪੂਰਾ ਬਰੀਫਲੀ ਆਪਾਂ ਪੜ੍ਹਿਆ ਏਅਰ ਕਲੀਨਰ ਕਿੰਨੇ ਤਰ੍ਹਾਂ ਦੇ ਹੁੰਦੇ ਆ। ਸੋ ਅੱਜ ਦਾ ਟੌਪਿਕ ਆਪਣਾ ਹੈਗਾ ਕਿ ਜਿਹੜਾ ਐਗਜ਼ਾਸਟ ਮੈਨੀਫੋਲਡ ਹੁੰਦਾ, ਉਹਦੇ ਉੱਤੇ ਕਿਹੜੇ ਕਿਹੜੇ ਜਿਹੜੇ ਕੰਪੋਨੈਂਟਸ ਲੱਗੇ ਹੁੰਦੇ, ਜਿੱਦਾਂ ਟਰਬੋ ਚਾਰਜਰ ਤੁਹਾਡਾ ਜਿਹੜਾ ਐਗਜ਼ਾਸਟ ਮੈਨੀਫੋਲਡ ਵਾਲੀ ਸਾਈਡ ਤੇ ਲੱਗਾ ਹੁੰਦਾ ਵਾ, ਇੰਟਰਕੂਲਰ ਤੇ ਸੁਪਰ ਚਾਰਜਰ ਜਿਹੜਾ ਤੁਹਾਡਾ ਇਨਟੇਕ ਮੈਨੀਫੋਲਡਰ ਵਾਲੇ ਪਾਸੇ ਲੱਗਾ। ਸੋ ਆਪਾਂ ਪਹਿਲਾਂ ਪੜ੍ਹਨਾ ਵਾ ਸੁਪਰ ਚਾਰਜਰ। ਸੋ ਸੁਪਰ ਚਾਰਜਰ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਚਾਰਜ ਕੀ ਹੁੰਦਾ। ਸੋ ਜੇ ਗੱਲ ਕਰੀਏ ਚਾਰਜ ਦੀ, ਤਾਂ ਆਟੋਮੋਬਾਈਲ ਸੈਕਟਰ ਦੇ ਵਿੱਚ ਜੇ ਕਿਤੇ ਵਰਡ ਸ਼ਬਦ ਚਾਰਜ ਆਉਂਦਾ ਤਾਂ ਉਹਦਾ ਮੀਨਿੰਗ ਕੀ ਆ? ਸੋ ਚਾਰਜ ਦਾ ਮੀਨਿੰਗ ਹੁੰਦਾ ਹਵਾ ਤੇ ਤੇਲ ਦੇ ਮਿਸ਼ਰਨ ਨੂੰ ਕਹਿੰਦੇ ਆ, ਜਿਹੜਾ ਏਅਰ ਤੇ ਫਿਊਲ ਦਾ ਜਿਹੜਾ ਮਿਕਸਚਰ ਹੁੰਦਾ ਉਹਨੂੰ ਚਾਰਜ ਕਹਿੰਦੇ ਆ। ਸੋ ਜੇ ਆਪਾਂ ਮੋਟਰ ਮਕੈਨਿਕ ਟ੍ਰੇਡ 'ਚ ਜਾਂ ਡੀਜ਼ਲ ਮਕੈਨਿਕ ਜਿੰਨੀਆਂ ਵੀ ਤੁਹਾਡੀਆਂ ਆਟੋਮੋਬਾਈਲ ਸੈਕਟਰ ਦੀਆਂ ਟ੍ਰੇਡਸ ਹੈਗੀਆਂ, ਜੇ ਉਹਦੇ ਵਿੱਚ ਕੱਲ੍ਹ ਨੂੰ ਕੋਈ ਕਿਤਾਬ ਦੇ ਵਿੱਚ ਚਾਰਜ ਜਾਂ ਤੁਹਾਨੂੰ ਸੁਣਨ ਦੇ ਵਿੱਚ ਕੋਈ ਸ਼ਬਦ ਆਉਂਦਾ ਚਾਰਜ, ਸੋ ਉਹ ਚਾਰਜ ਕਹਿਣ ਤੋਂ ਭਾਵ ਆ ਕਿ ਏਅਰ ਤੇ ਫਿਊਲ ਦਾ ਮਿਕਸਚਰ, ਦੋਵਾਂ ਦਾ ਮਿਸ਼ਰਨ ਨੂੰ ਚਾਰਜ ਕਹਿੰਦੇ ਆ। ਸੋ ਕਹਿਣ ਦਾ ਭਾਵ ਕਿ ਸੁਪਰ ਚਾਰਜਰ ਚੱਲਦਾ ਕਿਵੇਂ ਆ, ਡਰਾਈਵ ਕਿੱਥੋਂ ਲੈਂਦਾ ਵਾ। ਸੋ ਇਹ ਇੰਜਨ ਦੀ ਜਿਹੜੀ ਆ ਕ੍ਰੈਂਕਸ਼ਾਫਟ ਦੀ ਡਰਾਈਵ ਬੈਲਟ ਨਾਲ ਚੱਲਦਾ, ਜਿਹੜਾ ਜਿਹੜਾ ਤੁਹਾਡਾ ਸੁਪਰ ਚਾਰਜਰ ਹੁੰਦਾ ਉਹਨੂੰ ਚਲਾਉਣ ਵਾਸਤੇ ਜਿਹੜੀ ਕ੍ਰੈਂਕਸ਼ਾਫਟ ਹੁੰਦੀ ਆ, ਸੋ ਕ੍ਰੈਂਕਸ਼ਾਫਟ ਦੇ ਅੱਗੇ ਇੱਕ ਪੁਲੀ ਲੱਗੀ ਹੁੰਦੀ ਆ, ਸੋ ਇੱਦਾਂ ਹੀ ਸੁਪਰ ਚਾਰਜਰ ਦੇ ਅੱਗੇ ਵੀ ਇੱਕ ਪੁਲੀ ਲੱਗੀ ਹੁੰਦੀ ਆ, ਦੋਵਾਂ ਪੁਲੀਆਂ ਦੇ ਉੱਤੇ ਬੀ ਬੈਲਟ ਪਾਈ ਜਾਂਦੀ ਆ। ਸੋ ਸੁਪਰ ਚਾਰਜਰ ਨੂੰ ਚਲਾਉਣ ਵਾਸਤੇ ਕ੍ਰੈਂਕਸ਼ਾਫਟ ਤੋਂ ਪਾਵਰ ਲੈਂਦਾ, ਜੋ ਇੰਜਨ ਦੇ ਵਿੱਚ ਜਿਹੜੀ ਪਾਵਰ ਪੈਦਾ ਹੁੰਦੀ ਆ ਉਹ ਸਾਰੀ ਪਾਵਰ ਕਿੱਥੇ ਆਈਂਦੀ ਆ? ਕ੍ਰੈਂਕਸ਼ਾਫਟ ਤੇ। ਸੋ ਕ੍ਰੈਂਕਸ਼ਾਫਟ ਤੋਂ ਜਿਹੜੀ ਪਾਵਰ ਲੈਣ ਵਾਸਤੇ ਦੋਵਾਂ ਉੱਤੇ ਕ੍ਰੈਂਕਸ਼ਾਫਟ ਦੇ ਅੱਗੇ ਵੀ ਪੁਲੀ ਲੱਗੀ ਹੁੰਦੀ ਆ, ਸੋ ਸੁਪਰ ਚਾਰਜਰ ਦੇ ਅੱਗੇ ਵੀ ਪੁਲੀ ਲੱਗੀ ਆ, ਦੋਵਾਂ ਉੱਤੇ ਬੀ ਬੈਲਟ ਪਾਈ ਹੁੰਦੀ। ਸੋ ਤੀਜਾ ਇਹਦਾ ਕੰਮ ਕੀ ਹੁੰਦਾ? ਸੋ ਸੁਪਰ ਚਾਰਜਰ ਦਾ ਤੁਹਾਡੀ ਸਕਰੀਨ ਤੇ ਤੁਹਾਨੂੰ ਦਿਖ ਰਿਹਾ ਹੋਊਗਾ ਕਿ ਇੱਕ ਲਿਖਿਆ ਮੈਂ ਸੁਪਰ ਪਲੱਸ ਚਾਰਜ। ਸੋ ਸੁਪਰ ਦਾ ਮੀਨਿੰਗ ਹੁੰਦਾ ਟੂ ਇਨਕਰੀਜ਼ ਦਾ ਪ੍ਰੈਸ਼ਰ, ਸੁਪਰ ਦਾ ਮਤਲਬ ਹੁੰਦਾ ਟੂ ਇਨਕਰੀਜ਼ ਦਾ ਪ੍ਰੈਸ਼ਰ ਆਫ ਪਲੱਸ ਚਾਰਜ। ਪ੍ਰੈਸ਼ਰ ਕਿਹਦਾ ਇਨਕਰੀਜ਼ ਕਰਨਾ? ਚਾਰਜ ਦਾ। ਸੋ ਚਾਰਜ ਤੁਹਾਨੂੰ ਦੱਸਿਆ ਏਅਰ ਤੇ ਫਿਊਲ ਦਾ ਮਿਕਸਚਰ, ਸੋ ਇਹ ਹਵਾ ਤੇ ਤੇਲ ਦੇ ਮਿਸ਼ਰਣ ਨੂੰ ਜਦੋਂ ਕਾਰਬੋਰੇਟਰ ਵਿੱਚੋਂ ਆਉਂਦਾ ਉਹਦਾ ਦਬਾਅ ਜਿਹੜਾ ਵਾ ਭਾਵ ਪ੍ਰੈਸ਼ਰ ਵਧਾ ਦਿੰਦਾ, ਉਹਦਾ ਪ੍ਰੈਸ਼ਰ ਵੱਧ ਜਾਂਦਾ ਵਾਤਾਵਰਨ ਵਿੱਚ, ਜਿਹੜੀ ਹੈ ਪ੍ਰੈਸ਼ਰ ਦਾ ਦਬਾਅ ਹੁੰਦਾ ਤੁਹਾਨੂੰ ਇੱਕ ਵਾਰ ਹੁੰਦਾ ਵਾ, ਪਰ ਜਦੋਂ ਸੁਪਰ ਚਾਰਜ ਦੇ ਵਿੱਚੋਂ ਹਵਾ ਲੰਘ ਕੇ ਜਾਂਦੀ ਹੈ ਤਾਂ ਪ੍ਰੈਸ਼ਰ ਤੇ ਉਹਦਾ ਤਾਪਮਾਨ ਜਿਹੜਾ ਵੱਧ ਜਾਂਦਾ, ਉਹ ਹਵਾ ਜਿਹੜੀ ਵਧੇ ਹੋਇਆ ਪ੍ਰੈਸ਼ਰ ਉਹਦਾ ਤਾਪਮਾਨ ਉਹ ਜਿਹੜੀ ਹਵਾ ਵਾ ਇਨਟੇਕ ਮੈਨੀਫੋਲਡ ਦੇ ਅੰਦਰ ਦਾਖਲ ਹੁੰਦੀ ਆ। ਸੋ ਸੁਪਰ ਚਾਰਜਿੰਗ ਇੱਕ ਪ੍ਰੋਸੈਸ ਆ ਜਿਹੜੀ ਤੁਹਾਡੀ ਹਵਾ ਏਅਰ ਤੇ ਫਿਊਲ ਮਿਕਸਚਰ ਦਾ ਜਿਹੜਾ ਪ੍ਰੈਸ਼ਰ ਅਬਵ ਐਟਮੋਸਫੇਰਿਕ, ਜਿਹੜਾ ਸਾਡਾ ਐਟਮੋਸਫੇਰਿਕ ਪ੍ਰੈਸ਼ਰ ਹੁੰਦਾ ਇੱਕ ਵਾਰ ਉਹ ਤੋਂ ਵਧਾ ਦੇਣਾ, ਸੋ ਉਹਨੂੰ ਕਹਿੰਦੇ ਸੁਪਰ ਚਾਰਜਿੰਗ। ਸੋ ਸੁਪਰ ਚਾਰਜਰ ਜਿਸ ਗੱਡੀ ਦੇ ਵਿੱਚ ਸੁਪਰ ਚਾਰਜਰ ਲੱਗਾ ਹੁੰਦਾ, ਲਗਭਗ 40% ਉਹਦੀ ਪਾਵਰ ਵੱਧ ਜਾਂਦੀ ਆ, ਲਗਭਗ 40%। ਸੋ ਸੁਪਰ ਚਾਰਜਰ ਜਿਹੜਾ ਹੁਣ ਤੁਹਾਡੀ ਸਕਰੀਨ ਤੇ ਜਿਹੜਾ ਇੱਕ ਡਾਇਗ੍ਰਾਮ ਆ ਰਿਹਾ ਹੈ ਕਿ ਸੁਪਰ ਚਾਰਜਰ ਚੱਲਦਾ ਕਿਵੇਂ, ਜਿਹੜਾ ਮੈਂ ਪਹਿਲਾਂ ਦੱਸਿਆ ਕਿ ਡਰਾਈਵ। ਸੋ ਇਹਦੇ ਵਿੱਚ ਦੇਖੋਗੇ ਇੱਕ ਕ੍ਰੈਂਕਸ਼ਾਫਟ ਦੀ ਪੁਲੀ ਹੈ, ਇੱਕ ਤੁਹਾਡੀ ਸੁਪਰ ਚਾਰਜਰ ਦੀ ਪੁਲੀ ਹੈ, ਦੋਵਾਂ ਪੁਲੀਆਂ ਦੇ ਉੱਤੇ ਇੱਕ ਬੀ ਬੈਲਟ ਪਈ ਹੋਈ ਆ। ਸੋ ਇਹ ਹੈਗਾ ਕਿ ਜਿਹੜਾ ਡਰਾਈਵ ਲੈ ਰਿਹਾ ਕ੍ਰੈਂਕਸ਼ਾਫਟ ਤੋਂ। ਸੋ ਸੁਪਰ ਚਾਰਜਰ ਦੇ ਇੱਕ ਪਾਸੇ ਜਿਹੜੀ ਹਵਾ ਹੁੰਦੀ ਆ ਉਹ ਐਟਮੋਸਫੇਰਿਕ ਹਵਾ ਹੁੰਦੀ ਆ, ਜਦੋਂ ਸੁਪਰ ਚਾਰਜਰ ਦੇ ਵਿੱਚੋਂ ਪਾਸ ਕਰਦੀ ਆ ਤੇ ਉਹਦਾ ਪ੍ਰੈਸ਼ਰ ਤੇ ਉਹਦੀ ਡੈਂਸਿਟੀ ਹਵਾ ਦੀ, ਮਤਲਬ ਕਹਿਣ ਦਾ ਭਾਵ ਕਿ ਜਿਹੜੀ ਹਵਾ ਇੱਕ ਤਾਂ ਜ਼ਿਆਦਾ ਅੰਦਰ ਆਊਗੀ, ਉਹਦੀ ਡੈਂਸਿਟੀ ਇੱਕ ਸੰਘਣਾਪਨ, ਜਿਹੜਾ ਹਵਾ ਇੱਕ ਜ਼ਿਆਦਾ ਡੈਂਸ ਅੰਦਰ ਆਊਗੀ, ਜ਼ਿਆਦਾ ਸੰਘਣੀ ਅੰਦਰ ਆਊਗੀ, ਦੂਜਾ ਉਹਦਾ ਪ੍ਰੈਸ਼ਰ ਵੱਧ ਜਾਣਾ। ਸੋ ਉਹਦਾ ਡੈਂਸਿਟੀ ਤੇ ਪ੍ਰੈਸ਼ਰ ਵਧਾਉਣ ਵਾਸਤੇ ਸੁਪਰ ਚਾਰਜਰ ਲੱਗਾ ਹੁੰਦਾ। ਸੋ ਜਿਹੜਾ ਵਧੀ ਹੋਈ ਹਵਾ ਦੇ ਪ੍ਰੈਸ਼ਰ ਤੇ ਉਹਦੀ ਡੈਂਸਿਟੀ, ਉਹ ਹਵਾ ਜਿਹੜੀ ਇਨਟੇਕ ਮੈਨੀਫੋਲਡ 'ਚ ਜਾਂਦੀ ਆ, ਜਦੋਂ ਇਨਟੇਕ ਮੈਨੀਫੋਲਡ 'ਚ ਜਾਂਦੀ ਆ ਉਸ ਤੋਂ ਬਾਅਦ ਉਹ ਇਨਲੈਟ ਵਾਲਵ ਦੇ ਜ਼ਰੀਏ ਸਿਲੰਡਰ ਦੇ ਅੰਦਰ ਜਾਂਦੀ ਆ, ਤਾਂ ਜਿਹੜਾ ਜਿਹੜਾ ਹਵਾ ਤੇ ਤੇਲ ਦਾ ਮਿਸ਼ਰਨ ਜਦੋਂ ਉਹਨੂੰ ਅੱਗ ਲੱਗਦੀ ਆ ਤਾਂ ਜ਼ਿਆਦਾ ਪਾਵਰ ਪੈਦਾ ਹੁੰਦੀ ਆ। ਸੋ ਇਹਦੇ ਨਾਲ 40% ਇਨਕਰੀਜ਼ ਹੋ ਜਾਂਦੀ ਪਾਵਰ। ਸੋ ਇਹ ਡਾਇਗ੍ਰਾਮ ਤੁਸੀਂ ਦੇਖ ਸਕਦੇ ਹੋ ਸੁਪਰ ਚਾਰਜਰ ਦਾ, ਵੇਖੋ ਜਿਹੜਾ ਮੈਂ
ਇੱਕ ਕ੍ਰੈਂਕ ਸ਼ਾਫਟ ਹੈ, ਇੱਕ ਤੁਹਾਡਾ ਸੁਪਰ ਚਾਰਜਰ ਹੈ, ਦੋਵਾਂ ਨੂੰ ਵੇਖੋ ਇੱਕ ਬੈਲਟ ਪਈ ਹੋਈ ਆ। ਸੋ ਸੁਪਰ ਚਾਰਜਰ ਨੇ ਬਾਹਰੋਂ ਹਵਾ ਦੇ ਵਿੱਚੋਂ ਬਾਹਰ ਇਨਵਾਇਰਮੈਂਟ ਵਾਤਾਵਰਨ ਦੇ ਵਿੱਚੋਂ ਹਵਾ ਖਿੱਚਣੀ ਆ, ਸੋ ਉਹਨੂੰ ਸੁਪਰ ਚਾਰਜ ਕਰਨਾ, ਉਹਦਾ ਪ੍ਰੈਸ਼ਰ ਵਧਾਉਣਾ। ਸੋ ਲੋਕੇਸ਼ਨ ਪਤਾ ਹੋਣੀ ਚਾਹੀਦੀ ਕਿ ਸੁਪਰ ਚਾਰਜਰ ਲੱਗਾ ਕਿਹੜੇ ਦੋ ਪਾਰਟਸ ਦੇ ਵਿਚਕਾਰ ਲੱਗਾ ਹੁੰਦਾ। ਸੋ ਡਾਇਗ੍ਰਾਮ ਤੁਹਾਡੀ ਸਕਰੀਨ ਤੇ ਜਿਹੜੀ ਸ਼ੋ ਹੋ ਰਹੀ ਹੈ, ਇਹਦੇ ਵਿੱਚ ਵੇਖੋ ਕਿ ਇਹ ਇਨਟੇਕ ਮੈਨੀਫੋਲਡਰ ਤੇ ਕਾਰਬੋਰੇਟਰ ਦੇ ਵਿਚਕਾਰ ਲੱਗਾ ਹੁੰਦਾ। ਸੁਪਰ ਚਾਰਜਰ ਕੀ ਹੈ ਕਿ ਇੱਕ ਇੱਕ ਪਾਸੇ ਤੁਹਾਡਾ ਇਨਟੇਕ ਮੈਨੀਫੋਲਡ, ਇੱਕ ਪਾਸੇ ਤੁਹਾਡਾ ਕਾਰਬੋਰੇਟਰ, ਦੋਵਾਂ ਦੇ ਵਿਚਕਾਰ ਲੱਗਾ ਹੁੰਦਾ। ਸੋ ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਸਕਰੀਨ ਤੇ ਡਾਇਗ੍ਰਾਮ ਹੈ, ਵੇਖੋ ਇੱਕ ਇੰਜਨ ਆ, ਉਹਦੇ ਦੋ ਵਾਲਵ ਹੁੰਦੇ, ਇੱਕ ਇਨਲੈਟ ਵਾਲਵ ਹੁੰਦਾ, ਇੱਕ ਐਗਜ਼ਾਸਟ ਵਾਲਵ ਹੁੰਦਾ। ਸੋ ਐਗਜ਼ਾਸਟ ਵਾਲਵ ਦੇ ਵਿੱਚੋਂ ਤੁਹਾਨੂੰ ਪਤਾ ਹੀ ਹੈ ਕਿ ਐਗਜ਼ਾਸਟ ਗੈਸਿਸ ਬਾਹਰ ਜਾਂਦੀਆਂ, ਐਗਜ਼ਾਸਟ ਗੈਸਿਸ ਜਿਹੜੀਆਂ ਗਈਆਂ ਤੁਹਾਡੀਆਂ ਟਰਬੋ ਚਾਰਜਰ ਦੇ ਵਿੱਚ। ਸੋ ਟਰਬੋ ਚਾਰਜਰ ਦਾ ਹੀ ਅੱਗੇ ਬਰੀਫਲੀ ਪੜ੍ਹਾਂਗੇ। ਸੋ ਟਰਬੋ ਚਾਰਜਰ 'ਚ ਜਦੋਂ ਗੈਸਿਸ ਜਾਂਦੀਆਂ ਵਾ, ਤਾਂ ਟਰਬੋ ਚਾਰਜਰ ਦੇ ਵਿੱਚੋਂ ਫਿਰ ਟਰਬੋ ਚਾਰਜਰ ਦੇ ਦੋ ਪਾਰਟਸ ਲੱਗੇ ਹੁੰਦੇ, ਇੱਕ ਟਰਬਾਈਨ, ਇੱਕ ਕੰਪਰੈਸਰ। ਸੋ ਟਰਬਾਈਨ ਘੁੰਮਦੀ ਆ, ਟਰਬਾਈਨ ਦੇ ਨਾਲ ਕੰਪਰੈਸਰ ਘੁੰਮਦਾ, ਕੰਪਰੈਸਰ ਜਿਹੜਾ ਬਾਹਰੋਂ ਹਵਾ ਇਨਵਾਇਰਮੈਂਟ ਦੇ ਵਿੱਚੋਂ ਹਵਾ ਲੈ ਲੈਂਦਾ। ਸੋ ਜਿਹੜੀ ਹਵਾ ਵਾ ਉਹਨੂੰ ਫਿਰ ਅੱਗੇ ਕਿਹਦੇ ਵਿੱਚ ਪਾਸ ਕਰਦੀ ਆ, ਇੰਟਰਕੂਲਰ ਦੇ ਵਿੱਚ। ਸੋ ਇੰਟਰਕੂਲਰ 'ਚ ਜਦੋਂ ਹਵਾ ਜਾਂਦੀ ਆ, ਫਿਰ ਕਿੱਥੇ ਜਾਂਦੀ ਆ, ਆਪਣੇ ਕਾਰਬੋਰੇਟਰ ਦੇ ਵਿੱਚ, ਥਰੋਟਲ ਬੋਡੀ ਦੇ ਵਿੱਚ। ਸੋ ਥਰੋਟਲ ਬੋਡੀ ਤੋਂ ਬਾਅਦ ਫਿਰ ਹਵਾ ਜਾਂਦੀ ਸੁਪਰ ਚਾਰਜਰ ਦੇ ਵਿੱਚ। ਸੋ ਸੁਪਰ ਚਾਰਜਰ ਤੋਂ ਹਵਾ ਤੁਹਾਡੀ ਜਿਹੜੀ ਆ ਇਨਟੇਕ ਮੈਨੀਫੋਲਡ ਦੇ ਅੰਦਰ ਜਾਂਦੀ ਹੈ, ਇਨਲੈਟ ਵਾਲਵ ਦੇ ਜ਼ਰੀਏ। ਸੋ ਕਹਿਣ ਦਾ ਭਾਵ ਕਿ ਦੋ ਕਿਹੜੀਆਂ ਦੋ ਚੀਜ਼ਾਂ ਦੇ ਵਿਚਕਾਰ ਲੱਗਾ ਹੁੰਦਾ, ਇਹ ਨੋਟ ਕਰਨ ਵਾਲਾ ਕੁਸ਼ਚਨ ਹੈ ਕਿ ਮੈਨੀਫੋਲਡ, ਇਨਟੇਕ ਮੈਨੀਫੋਲਡ ਦੇ ਕਾਰਬੋਰੇਟਰ ਦੇ ਵਿਚਕਾਰ ਸੁਪਰ ਚਾਰਜਰ ਲੱਗਾ ਹੁੰਦਾ। ਸੋ ਉਸ ਤੋਂ ਅੱਗੇ ਹੁੰਦਾ ਕਿ ਸੁਪਰ ਚਾਰਜਰ ਦੀਆਂ ਕਿਸਮਾਂ, ਕਿੰਨੀ ਤਰ੍ਹਾਂ ਦਾ ਸੁਪਰ ਚਾਰਜਰ ਆ। ਸੋ ਤਿੰਨ ਤਰ੍ਹਾਂ ਦਾ ਸੁਪਰ ਚਾਰਜਰ ਹੁੰਦਾ, ਇੱਕ ਸੈਂਟਰੀਫਿਊਗਲ ਟਾਈਪ ਹੁੰਦਾ, ਇੱਕ ਵੇਨ ਟਾਈਪ ਹੁੰਦਾ, ਇੱਕ ਰੂਟ ਏਅਰ ਬਲੋਰ ਟਾਈਪ। ਸੋ ਸਭ ਤੋਂ ਪਹਿਲਾਂ ਜਿਹੜਾ ਆਪਣਾ ਹੈਗਾ ਵਾ ਸੈਂਟਰੀਫਿਊਗਲ ਟਾਈਪ। ਸੋ ਸੈਂਟਰੀਫਿਊਗਲ ਟਾਈਪ ਦੇ ਵਿੱਚ ਵੇਖੋ ਕਿ ਸੈਂਟਰੀਫਿਊਗਲ ਟਾਈਪ ਦੇ ਵਿੱਚ ਕੀ ਹੁੰਦਾ ਕਿ ਜਦੋਂ ਇਸ ਦੇ ਵਿੱਚ ਜਿਹੜਾ ਇੰਪੈਲਰ ਰੋਟਰ ਲੱਗਾ ਹੁੰਦਾ, ਜਿਹੜਾ ਬਿਲਕੁਲ ਸੈਂਟਰ 'ਚ ਲੱਗਾ, ਦੈਟ ਇਜ਼ ਦਾ ਰੋਟਰ, ਜਾਂ ਉਹਨੂੰ ਰੋਟਰ ਕਹਿ ਲਓ ਜਾਂ ਉਹਨੂੰ ਇੰਪੈਲਰ ਕਹਿ ਲਓ। ਜਿਹੜੀ ਹਵਾ ਹੁੰਦੀ ਆ ਵਾਤਾਵਰਨ, ਜਿਹੜੀ ਕਾਰਬੋਰੇਟਰ ਦੇ ਵਿੱਚੋਂ ਹਵਾ ਆਉਂਦੀ ਆ, ਜਾਂ ਉਹ ਜਿਹੜੀ ਬਾਹਰੋਂ, ਸਪੋਜ਼ ਕਰੋ ਬਾਹਰੋਂ ਜਿਹੜੀ ਹਵਾ ਲਈ ਆ, ਉਹ ਸਿੱਧੀ ਜਿਹੜੀ ਰੋਟਰ ਦੇ ਅੰਦਰ ਆਉਂਦੀ ਆ, ਜਿੱਥੇ ਤੁਹਾਡਾ ਵੇਖੋ ਡਾਇਗ੍ਰਾਮ ਦੇ ਵਿੱਚ ਲਿਖਿਆ ਨਾ ਏਅਰ ਇਨਲੈਟ। ਸੋ ਇਹ ਬਿਲਕੁਲ ਰੋਟਰ ਜਾਂ ਇੰਪੈਲਰ ਦੇ ਬਿਲਕੁਲ ਸੈਂਟਰ ਦੇ ਵਿੱਚ ਦਾਖਲ ਹੁੰਦੀ ਆ, ਬਿਲਕੁਲ ਉਹਦੇ ਸੈਂਟਰ ਤੋਂ ਦਾਖਲ ਹੁੰਦੀ ਆ। ਉਸ ਤੋਂ ਬਾਅਦ ਇਹ ਹਵਾ ਜਿਹੜੀ ਆ, ਉਸ ਤੋਂ ਬਾਅਦ ਉਹਦੀਆਂ ਇੱਕ ਫਿਕਸਡ ਟੈਂਜੈਂਸ਼ੀਅਲ ਵੇਨਸ ਲੱਗੀਆਂ ਹੁੰਦੀਆਂ, ਜਿਹਨੂੰ ਡਿਫਿਊਜ਼ਰ ਬੋਲਦੇ ਆ। ਉਸ ਤੋਂ ਬਾਅਦ ਹਵਾ ਡਿਫਿਊਜ਼ਰ ਦੇ ਵਿੱਚ ਚਲ ਜਾਂਦੀ ਆ, ਜਦੋਂ ਡਿਫਿਊਜ਼ਰ ਦੇ ਵਿੱਚੋਂ ਪਾਸ ਕਰਦੀ ਆ, ਤਾਂ ਇਹਦੀ ਜਿਹੜੀ ਬਾਡੀ ਦੀ ਸ਼ੇਪ ਹੁੰਦੀ ਆ, ਆਊਟਰ ਕੇਸਿੰਗ ਜਿਹੜਾ ਲਿਖਿਆ ਡਾਇਗ੍ਰਾਮ ਦੇ ਵਿੱਚ, ਆਊਟਰ ਕੇਸਿੰਗ ਇਹਦੀ ਹੁੰਦੀ ਬਲੂਟ ਟਾਈਪ। ਸੋ ਜਦੋਂ ਬਲੂਟ ਕੇਸਿੰਗ ਦੇ ਵਿੱਚੋਂ ਹਵਾ ਪਾਸ ਕਰਦੀ ਆ, ਤਾਂ ਉਹਦਾ ਹਵਾ ਦਾ ਜਿਹੜਾ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਜਾਂਦਾ, ਕਿਉਂਕਿ ਜਿਹੜੇ ਰੋਟਰ ਆ ਬੜੀ 10,000 RPM ਦੀ ਸਪੀਡ ਨਾਲ ਘੁੰਮਦੇ ਆ। ਸੋ ਉਹ ਰੋਟਰ ਘੁੰਮਣ ਦੇ ਨਾਲ ਇਹਦੀ ਜਿਹੜੀ ਆ, ਜਿਹੜਾ ਮਿਸ਼ਰਣ ਹੁੰਦਾ, ਇਹਦਾ ਪ੍ਰੈਸ਼ਰ ਵੱਧ ਜਾਂਦਾ। ਸੋ ਜਦੋਂ ਹਵਾ ਅੰਦਰ ਦਾਖਲ ਹੁੰਦੀ ਆ, ਉਹਦਾ ਪ੍ਰੈਸ਼ਰ ਕੁਛ ਹੋਰ ਹੁੰਦਾ, ਤੇ ਜਦੋਂ ਹਵਾ ਇਹਦੇ ਵਿੱਚੋਂ ਸੈਂਟਰੀਫਿਊਗਲ ਟਾਈਪ ਸੁਪਰ ਚਾਰਜਰ ਦੇ ਵਿੱਚੋਂ ਜਦੋਂ ਪਾਸ ਹੋ ਕੇ ਬਾਹਰ ਨਿਕਲਦੀ ਆਊਟਲੈਟ, ਸੋ ਆਊਟਲੈਟ ਦੇ ਵਿੱਚੋਂ ਜਿਹੜਾ ਜਦੋਂ ਹਵਾ ਨਿਕਲੂਗੀ, ਉਦੋਂ ਉਹਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੋਊਗਾ, ਹਾਈ ਡੈਂਸਿਟੀ ਹੋਊਗੀ, ਜ਼ਿਆਦਾ ਹਵਾ ਹੋਊਗੀ। ਸੋ ਜਿਹੜਾ ਆਊਟਲੈਟ ਆ ਉਹ ਕਿਹਦੇ ਨਾਲ ਕਨੈਕਟ ਕੀਤਾ ਹੁੰਦਾ, ਆਊਟਲੈਟ ਅੱਗੇ ਕਨੈਕਟ ਕੀਤਾ ਹੁੰਦਾ ਇਨਟੇਕ ਮੈਨੀਫੋਲਡ ਦੇ ਨਾਲ। ਸੋ ਇਨਲੈਟ ਕਨੈਕਟ ਕੀਤਾ ਹੁੰਦਾ ਅੱਗੇ ਥਰੋਟਲ ਬੋਡੀ ਦੇ ਨਾਲ, ਸੋ ਆਊਟਲੈਟ ਕਨੈਕਟ ਕੀਤਾ ਹੁੰਦਾ ਇਨਟੇਕ ਮੈਨੀਫੋਲਡ ਦੇ ਨਾਲ। ਸੋ ਇਹ ਜਿਹੜਾ, ਜੇ ਤੁਹਾਨੂੰ ਪੇਪਰ ਦੇ ਵਿੱਚ ਇਸ ਤਰ੍ਹਾਂ ਦਾ ਡਾਇਗ੍ਰਾਮ ਆ ਜਾਏ, ਕਈ ਵਾਰ ਪ੍ਰੀਵੀਅਸ ਕੁਐਸਚਨ ਜਿਹੜੇ ਪੇਪਰ ਦੇ ਵਿੱਚ ਆਏ ਆ, ਕਿ ਉਹਦੇ ਵਿੱਚ ਇੱਕ ਡਾਇਗ੍ਰਾਮ ਆ ਜਾਂਦਾ, ਉਹ ਪੁੱਛ ਲੈਂਦੇ ਕਿ ਇਹਦੇ ਵਿੱਚ ਦੱਸੋ ਇਹ ਸੁਪਰ ਚਾਰਜਰ ਕਿਹੜੀ ਕਿਸਮ ਦਾ। ਸੋ ਜੇ ਤੁਹਾਨੂੰ ਇੰਪੈਲਰ ਰੋਟਰ ਟਾਈਪ ਇੱਦਾਂ ਦਾ ਡਾਇਗ੍ਰਾਮ ਤੁਹਾਨੂੰ, ਜਾਂ ਇੱਦਾਂ ਦਾ ਤੁਹਾਨੂੰ ਕੋਈ ਚਿੱਤਰ ਦਿਖ ਰਿਹਾ ਕੁਐਸਚਨ ਦੇ ਵਿੱਚ, ਤਾਂ ਉਹ ਕਿਹੜਾ ਹੋਊਗਾ? ਸੈਂਟਰੀਫਿਊਗਲ ਟਾਈਪ। ਸੋ ਅਗਲਾ ਹੈਗਾ ਸੁਪਰ ਚਾਰਜਰ ਡੈਡੀ ਦਾ, ਵੇਖੋ ਇਹਦੇ ਵਿੱਚ ਵੇਖੋ ਕਿ ਸੈਂਟਰ ਦੇ ਵਿੱਚੋਂ ਹਵਾ ਆਉਂਦੀ ਆ, ਤੇ ਜਦੋਂ ਰੋਟਰ ਚੋਂ ਪਾਸ ਕਰਦੀ ਆ, ਤੇ ਡਿਸਚਾਰਜ ਵਾਲੀ ਸਾਈਡ ਤੇ ਇਹਦਾ ਪ੍ਰੈਸ਼ਰ ਵੱਧ ਜਾਂਦਾ। ਸੋ ਅਗਲਾ ਸੁਪਰ ਚਾਰਜਰ ਦੈਟ ਇਜ਼ ਦਾ ਵੇਨ ਟਾਈਪ। ਸੋ ਵੇਨ ਟਾਈਪ ਦੇ ਵਿੱਚ ਕੀ ਆ ਕਿ ਵੇਨ ਟਾਈਪ ਦੇ ਵਿੱਚ ਕੀ ਹੈ, ਇਸ ਵਿੱਚ ਇੱਕ ਤਰ੍ਹਾਂ ਦਾ ਡਰੰਮ, ਇੱਕ ਡਰੰਮ ਆ, ਵੇਖੋ ਜਿੱਥੇ ਤੁਹਾਡਾ ਡਾਇਗ੍ਰਾਮ ਤੁਹਾਡੀ ਸਕਰੀਨ ਤੇ ਆ ਰਿਹਾ, ਉੱਥੇ ਲਿਖਿਆ ਡਰੰਮ। ਸੋ ਡਰੰਮ ਦੇ ਉੱਪਰ ਵੇਨਸ ਇਸ ਤਰ੍ਹਾਂ ਫਿੱਟ ਕੀਤੀਆਂ ਹੁੰਦੀਆਂ ਵਾ ਕਿ ਉਹ ਸਪਰਿੰਗ ਦੇ ਬਲ ਦੇ ਨਾਲ ਅੰਦਰ ਬਾਹਰ ਭਾਵ ਸਲਾਈਡ ਕਰਦੀਆਂ।
ਉਹਨਾਂ ਦਾ ਜੇ ਸਿਰਾ ਇੱਕ ਜਿੱਥੇ ਇਨ ਲਿਖਿਆ ਇਨਲੈਟ, ਇੱਕ ਸਿਰਾ ਇਨਲੈਟ ਹੈ ਜਿਸ ਦੇ ਰਾਹੀਂ ਮਿਸ਼ਰਨ ਅੰਦਰ ਦਾਖਲ ਹੁੰਦਾ, ਦੂਸਰਾ ਸਿਰਾ ਜਿਹੜਾ ਆਊਟਲੈਟ ਜਿਸ ਦੇ ਰਾਹੀਂ ਮਿਸ਼ਰਨ ਇਨਟੇਕ ਵਾਲਵ ਦੇ ਅੰਦਰ ਦਾਖਲ ਹੁੰਦਾ। ਸੋ ਬਾਹਰਲੀ ਬਾਡੀ ਤੇ ਡਰੰਮ ਵਿਚਕਾਰਲੀ ਦੂਰੀ, ਸੋ ਕਹਿੰਦੇ ਜਿਹੜੀ ਤੁਹਾਡੀ ਡਰੰਮ ਤੇ ਬਾਹਰਲੀ ਬਾਡੀ ਜਿਹੜੀ ਸੁਪਰ ਚਾਰਜਰ ਦੀ ਆ ਉਹਦੇ ਵਿਚਕਾਰਲੀ ਜਿਹੜੀ ਦੂਰੀ ਆ ਇਨਲੈਟ ਤੋਂ ਲੈ ਕੇ ਆਊਟਲੈਟ ਨੂੰ ਘਟਦੀ ਜਾਂਦੀ ਆ ਸਪੇਸ। ਸੋ ਜਦੋਂ ਮਿਸ਼ਰਨ ਤੁਹਾਡਾ ਇਨਲੈਟ ਵਾਲਵ ਦੇ ਜ਼ਰੀਏ, ਜਦੋਂ ਇਹਦੇ ਇਨਲੈਟ ਦੇ ਜ਼ਰੀਏ ਦੋ ਵੇਂਸ ਦੇ ਅੰਦਰ ਦਾਖਲ ਹੁੰਦਾ ਤਾਂ ਉਸਦਾ ਆਇਤਨ ਭਾਵ ਵੋਲੀਅਮ ਜਿਹੜਾ ਵਾ, ਤੁਸੀਂ ਡਾਇਗ੍ਰਾਮ ਦੇ ਵਿੱਚ ਦੇਖੋਗੇ ਕਿ ਵੋਲੀਅਮ ਜਿਹੜਾ ਇਨਲੈਟ ਸਾਈਡ ਤੋਂ ਜਦੋਂ ਤੂੰ ਆਊਟਲੈਟ ਸਾਈਡ ਨੂੰ ਜਾਂਦੇ ਆ ਤਾਂ ਇਹਦਾ ਵੋਲੀਅਮ ਘੱਟਦਾ ਜਾਂਦਾ, ਜੇ ਵੋਲੀਅਮ ਘੱਟਦਾ ਜਾਊਗਾ ਤੇ ਪ੍ਰੈਸ਼ਰ ਵੱਧਦਾ ਜਾਊਗਾ। ਸੋ ਇੱਕ ਲਾਅ ਹੈਗਾ ਵਾ ਗੈਸ ਇਕੁਏਸ਼ਨ ਲਾਅ ਕਿ ਜਦੋਂ ਪ੍ਰੈਸ਼ਰ ਬਿਲਕੁਲ ਓਪੋਜ਼ਿਟ ਹੁੰਦਾ ਵੋਲੀਅਮ, ਜੇ ਵੋਲੀਅਮ ਘਟੂਗਾ ਤੇ ਪ੍ਰੈਸ਼ਰ ਵਧੂਗਾ, ਜੇ ਪ੍ਰੈਸ਼ਰ ਵਧੂਗਾ ਤੇ ਵੋਲੀਅਮ ਘਟੂਗਾ। ਸੋ ਇਹਦਾ ਇਨਲੈਟ ਤੋਂ ਆਊਟਲੈਟ ਨੂੰ ਜਾਈਏ ਬੀਨਸ ਟਾਈਪ ਸੁਪਰ ਚਾਰਜਰ ਦੇ ਵਿੱਚ ਤਾਂ ਕੀ ਕਰਦਾ ਕਿ ਵੋਲੀਅਮ ਘਟਦਾ ਜਾਂਦਾ ਪ੍ਰੈਸ਼ਰ ਵੱਧਦਾ ਜਾਂਦਾ। ਸੋ ਜਦੋਂ ਇਨਲੈਟ ਦੇ ਅੰਦਰ, ਜਦੋਂ ਇਨਲੈਟ ਦੇ ਜ਼ਰੀਏ ਹਵਾ ਦਾਖਲ ਕਰਦੀ ਉਹਦਾ ਪ੍ਰੈਸ਼ਰ ਘੱਟ ਹੀ, ਜਦੋਂ ਆਊਟਲੈਟ ਚੋਂ ਬਾਹਰ ਨਿਕਲਦੀ ਹੈ ਤਾਂ ਉਹਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ। ਸੋ ਸੁਪਰ ਚਾਰਜਰ ਦਾ ਮੈਂ ਤੁਹਾਨੂੰ ਇਹੀ ਦੱਸਿਆ ਕੰਮ ਕਿ ਜਿਹੜਾ ਪ੍ਰੈਸ਼ਰ ਆ ਏਅਰ ਫਿਊਲ ਮਿਕਸਚਰ ਜਿਹੜਾ ਐਟ ਐਟਮੋਸਫੇਰਿਕ ਪ੍ਰੈਸ਼ਰ ਤੇ ਉਹਨੂੰ ਅਬਵ ਕਰ ਦੇਣਾ, ਵਧਾ ਦੇਣਾ। ਐਟਮੋਸਫੇਰਿਕ ਜੋ ਵਾਤਾਵਰਨ ਦੇ ਵਿੱਚ ਹਵਾ ਦਾ ਦਬਾਅ ਹੈਗਾ ਉਹਨੂੰ ਉਹ ਤੋਂ ਜ਼ਿਆਦਾ ਕਰ ਦੇਣਾ। ਦੂਜਾ ਕਿ ਉਹਦੀ ਡੈਂਸਿਟੀ ਵਧਾਉਣੀ, ਉਹਦਾ ਸੰਘਣਾ ਜ਼ਿਆਦਾ ਡੈਂਸਡ ਹਵਾ ਅੰਦਰ ਭੇਜਣੀ। ਸੋ ਤੀਜਾ ਡੈਡੀ ਦਾ ਰੂਟ ਏਅਰ ਬਲੋਰ ਟਾਈਪ ਸੁਪਰ ਚਾਰਜਰ। ਸੋ ਇਹਦੇ ਵਿੱਚ ਵੇਖੋਗੇ ਦੋ ਡਾਇਗ੍ਰਾਮ ਦੇ ਵਿੱਚ ਦੇਖੋਗੇ ਦੋ ਰੂਟਰ ਲੱਗੇ ਹੋਏ ਆ। ਸੋ ਦੋ ਰੂਟਰ ਲੱਗੇ ਜਿਨ੍ਹਾਂ ਦਾ ਆਕਾਰ ਐਪੀ ਸਾਈਕਲੋਇਡ ਹੁੰਦਾ, ਇਹਦੇ ਵਿੱਚ ਦੋ ਰੂਟਰ ਲੱਗੇ ਆ ਦੋਵਾਂ ਜਿਨ੍ਹਾਂ ਦਾ ਆਕਾਰ ਕੀ ਹੁੰਦਾ ਐਪੀ ਸਾਈਕਲੋਇਡ ਟਾਈਪ ਆ। ਦੋਵੇਂ ਰੂਟਰ ਸ਼ਾਫਟ ਦੇ ਨਾਲ, ਇਹ ਦੋਵੇਂ ਰੂਟਰ ਕੀ ਹੈ ਇੱਕ ਸ਼ਾਫਟ ਦੇ ਨਾਲ ਅਟੈਚ ਹੁੰਦੇ ਆ ਜਿਹੜੇ ਕੀ ਦੇ ਜ਼ਰੀਏ, ਦੋਵੇਂ ਰੋਟਰ ਸ਼ਾਫਟ ਨਾਲ ਇੱਕ ਕੀ ਦੇ ਜ਼ਰੀਏ ਫਿੱਟ ਕੀਤੇ ਹੁੰਦੇ ਆ। ਸ਼ਾਫਟ ਵੀ ਅੱਗੋਂ ਗੇਅਰ ਨਾਲ ਚੱਲਦੀ ਆ, ਜਿਹੜੀ ਸ਼ਾਫਟ ਆ ਉਹ ਵੀ ਅੱਗੋਂ ਗੇਅਰ ਨਾਲ ਚੱਲਦੀ ਆ, ਭਾਵ ਗੇਅਰ ਇੰਜਨ ਦੇ ਕਰੈਂਕ ਸ਼ਾਫਟ ਨਾਲ ਘੁੰਮਣਗੇ। ਸੋ ਜਦੋਂ ਅੱਗੇ ਜਿਹੜਾ ਸ਼ਾਫਟ ਦੇ ਅੱਗੇ ਗੇਅਰ ਲਾਏ ਆ ਉਹ ਗੇਅਰ ਚੱਲਦੇ ਆ ਇੰਜਨ ਦੀ ਕਰੈਂਕ ਸ਼ਾਫਟ ਨਾਲ, ਜਦੋਂ ਇੰਜਨ ਦੀ ਕਰੈਂਕ ਸ਼ਾਫਟ ਘੁੰਮੂਗੀ ਤਾਂ ਗੇਅਰ ਘੁੰਮਣਗੇ, ਜੇ ਗੇਅਰ ਘੁੰਮੂਗੀ ਤਾਂ ਸ਼ਾਫਟ ਘੁੰਮੂਗੀ, ਸ਼ਾਫਟ ਘੁੰਮੂਗੀ ਤਾਂ ਰੋਟਰ ਘੁੰਮਣਗੇ। ਸੋ ਭਾਵ ਕਿ ਦੋਵੇਂ ਰੋਟਰ ਜਿਹੜੇ ਆ ਬਿਲਕੁਲ ਇੱਕੋ ਸਪੀਡ ਤੇ, ਕਿਉਂਕਿ ਗੇਅਰ ਜਿਹੜੇ ਲਾਏ ਆ ਬਿਲਕੁਲ ਸੇਮ ਸਾਈਜ਼ ਦੇ ਲਾਏ ਆ, ਇਹਦਾ ਦੋਵੇਂ ਜਿਹੜੇ ਰੋਟਰ ਆ ਬਿਲਕੁਲ ਇੱਕੋ ਸਪੀਡ ਦੇ ਨਾਲ ਘੁੰਮਦੇ ਆ। ਇਹ ਇੱਕ ਤਰ੍ਹਾਂ ਦਾ ਬਿਲਕੁਲ ਜਿੱਦਾਂ ਤੁਹਾਡਾ ਤੁਸੀਂ ਦੇਖਿਆ ਹੋਊਗਾ ਗੇਅਰ ਪੰਪ ਲਿਬਰੀਕੇਸ਼ਨ 'ਚ ਲੱਗਾ ਹੁੰਦਾ ਵਾ, ਸੇਮ ਇਹ ਸੁਪਰ ਚਾਰਜਰ ਉੱਦਾਂ ਹੀ ਕੰਮ ਕਰਦਾ ਵਾ। ਸੋ ਇਹ ਇਨਲੈਟ ਜਿਹੜਾ ਪੁਆਇੰਟ ਆ ਉਹਦੇ ਜ਼ਰੀਏ ਜਿਹੜਾ ਵਾ ਮਿਸ਼ਰਨ ਅੰਦਰ ਆ ਜਾਂਦਾ ਵਾ, ਆਊਟਲੈਟ ਜਦੋਂ ਬਾਹਰ ਜਾਂਦਾ ਤਾਂ ਬਿਲਕੁਲ ਉਹਦਾ ਪ੍ਰੈਸ਼ਰ ਵੱਧ ਜਾਂਦਾ। ਸੋ ਪ੍ਰੈਸ਼ਰ ਵਧਾਉਣ ਲਈ ਆ ਜਿਹੜੇ ਦੋ ਰੋਟਰ ਲੱਗੇ ਆ ਇਹ ਰੋਟਰ ਘੁੰਮਦੇ ਆ। ਸੋ ਇਹ ਰੋਟਰ ਤੁਹਾਨੂੰ ਦੱਸਿਆ ਕਿ ਦੋਵੇਂ ਰੋਟਰ ਇੱਕ ਸ਼ਾਫਟ ਦੇ ਨਾਲ ਅਟੈਚ ਆ, ਦੋ ਸ਼ਾਫਟਾਂ, ਇੱਕ ਰੋਟਰ ਤੇ ਇੱਕ ਸ਼ਾਫਟ ਲੱਗੀ ਆ, ਦੂਜੇ ਰੋਟਰ ਤੇ ਦੂਜੀ ਸ਼ਾਫਟ। ਰੋਟਰ ਤੇ ਸ਼ਾਫਟ ਦੇ ਵਿੱਚ ਇੱਕ ਕੀ ਪਾਈ ਆ ਜਿਹਦੇ ਨਾਲ ਫਿੱਟ ਕੀਤੇ ਹੁੰਦੇ ਆ। ਸ਼ਾਫਟ ਸ਼ਾਫਟ ਅੱਗੇ ਗੇਅਰ ਦੇ ਨਾਲ ਚੱਲਦੀ ਆ, ਗੇਅਰ ਅੱਗੇ ਚੱਲਦੇ ਆ ਕਰੈਂਕ ਸ਼ਾਫਟ ਦੇ ਜ਼ਰੀਏ। ਸੋ ਕਰੈਂਕ ਸ਼ਾਫਟ ਘੁੰਮੂਗੀ ਤਾਂ ਗੇਅਰ ਘੁੰਮਣਗੇ, ਗੇਅਰ ਘੁੰਮਣਗੇ ਤਾਂ ਸ਼ਾਫਟ ਘੁੰਮੂਗੀ, ਸ਼ਾਫਟ ਘੁੰਮੂਗੀ ਤਾਂ ਰੋਟਰ ਘੁੰਮਣਗੇ। ਦੋਵੇਂ ਰੋਟਰ ਇੱਕੋ ਹੀ ਦਿਸ਼ਾ ਦੇ ਵਿੱਚ ਤੇ ਸੇਮ ਸਪੀਡ ਦੇ ਨਾਲ ਘੁੰਮਦੇ ਆ। ਸੋ ਇਹ ਹੈਗਾ ਤੁਹਾਡਾ ਜਿਹੜਾ ਰੂਟ ਏਅਰ ਬਲੋਰ ਟਾਈਪ। ਜੇ ਤੁਹਾਨੂੰ ਗੱਲ ਨੂੰ ਪੇਪਰ ਦੇ ਵਿੱਚ ਕੁਸ਼ਚਨ ਆ ਜਾਣ, ਸੋ ਤਿੰਨਾਂ ਦੀ ਪਹਿਚਾਣ ਪਤਾ ਹੋਣੀ ਚਾਹੀਦੀ ਹੈ, ਤਿੰਨਾਂ ਦੇ ਡਾਇਗ੍ਰਾਮ ਪਤਾ ਹੋਣੇ ਚਾਹੀਦੇ, ਸੈਂਟਰੀਫਿਊਗਲ ਟਾਈਪ ਸੁਪਰ ਚਾਰਜਰ, ਦੂਜਾ ਵੇਨ ਟਾਈਪ ਸੁਪਰ ਚਾਰਜਰ, ਤੀਜਾ ਰੂਟਸ ਏਅਰ ਬਲੋਰ ਟਾਈਪ। ਸੋ ਤਿੰਨਾਂ ਦੇ ਡਾਇਗ੍ਰਾਮ ਦੀ ਪਹਿਚਾਣ ਤੇ ਵਰਕਿੰਗ ਪਤਾ ਹੋਣੀ ਚਾਹੀਦੀ ਆ। ਸੋ ਜਿਹੜਾ ਇਹ ਸੁਪਰ ਚਾਰਜਰ ਹੁੰਦੇ ਆ ਬੜੀ ਜ਼ਿਆਦਾ ਹਾਈ ਸਪੀਡ ਦੇ ਨਾਲ ਘੁੰਮਦੇ ਆ, ਇਹਦਾ ਜਿਹੜਾ ਰੋਟਰ ਘੁੰਮਦਾ ਜਾਂ ਇੰਪੈਲਰ ਘੁੰਮਦਾ, ਸੋ ਵੈਰੀ ਹਾਈ ਆਰ ਪੀ ਐਮ, ਜਿੱਦਾਂ ਦੱਸਿਆ ਕਿ ਤੁਹਾਨੂੰ ਰੋਟਰ 10,000 ਆਰ ਪੀ ਐਮ ਦੇ ਨਾਲ ਘੁੰਮਦਾ। 10,000 ਆਰ ਪੀ ਐਮ ਦਾ ਮਤਲਬ ਆ ਕਿ ਇੱਕ ਮਿੰਟ ਦੇ ਵਿੱਚ 10,000 ਚੱਕਰ ਲੱਗਣੇ। ਸੋ ਇਹਨਾਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ। ਸੋ ਰੂਟ ਬਲੋਰ ਸੁਪਰ ਚਾਰਜਰ ਦਾ ਡਾਇਗ੍ਰਾਮ ਦੇਖਿਆ ਤੁਸੀਂ, ਬਾਹਰੋਂ ਹਵਾ ਲਈ ਆ, ਵੇਖੋ ਜੋ ਤੁਹਾਡੀ ਸਕਰੀਨ 'ਤੇ ਆ ਰਿਹਾ ਉਹ ਹਵਾ ਨੂੰ ਕੀ ਕਰਨਾ, ਉਹਦਾ ਇੱਕ ਪ੍ਰੈਸ਼ਰ ਵੱਧ ਜਾਣਾ ਪਲੱਸ ਦੂਜਾ ਦੀ ਡੈਂਸਿਟੀ ਵੱਧ ਜਾਣੀ। ਜ਼ਿਆਦਾ ਪ੍ਰੈਸ਼ਰ ਦਾ ਡੈਂਸਿਟੀ ਵਾਲੀ ਜਦੋਂ ਹਵਾ ਸਿਲੰਡਰ ਦੇ ਅੰਦਰ ਦਾਖਲ ਹੋਊਗੀ ਤਾਂ ਜ਼ਿਆਦਾ ਫਿਊਲ ਬਰਨ ਹੋਊਗਾ, ਜ਼ਿਆਦਾ ਸਾਰੇ ਦਾ ਸਾਰਾ ਫਿਊਲ ਬਰਨ ਹੋਊਗਾ, ਜ਼ਿਆਦਾ ਪਾਵਰ ਪੈਦਾ ਹੋਊਗੀ। ਸੋ ਇਹ ਐਕਚੁਲੀ ਕੀ ਹੈ, ਸੁਪਰ ਚਾਰਜਰ ਤੇ ਟਰਬੋ ਚਾਰਜਰ ਪਾਵਰ ਵਧਾਉਣ ਲਈ ਲਾਏ ਹੁੰਦੇ ਆ ਇੰਜਨ ਦੇ ਨਾਲ। ਸੋ ਅੱਗੇ ਗੱਲ ਕੀਤੀ ਜਾਂਦੀ ਹੈ, ਅਗਲਾ ਆ ਗਿਆ ਟੌਪਿਕ ਟਰਬੋ ਚਾਰਜਰ।
सो टर्बो चार्जर, टर्बो का मतलब कि पावर इनक्रीज, तो चार्ज तुहानूं मैं पहले दस्सिया कि जिहड़ा तुहाडा चार्ज हुंदा एयर ते फ्यूल दा मिक्सचर, सो इनक्रीज द अमाउंट ऑफ एयर। इहदे टर्बो चार्जर नूं जे तोड़ के गल करिए तां टर्बो दा मतलब पावर इनक्रीज करनी, चार्ज दा मतलब कि इनक्रीज अमाउंट ऑफ एयर, ज्यादा हवा अंदर भेजनी। सो टर्बो चार्जर ते सुपर चार्जर लगभग सेम ही काम करते हैं, बट इन्हों का ड्राइव जरा चलन का तरीका वा वो अलग अलग हैगा। सो टर्बो प्लस चार्जर दे मुख काम हेठ लिखे अनुसार है कि इसका मुख काम ज्यादा हवा, मोर अमाउंट ऑफ एयर सिलेंडर के अंदर भेजता, ज्यादा हवा सिलेंडर के अंदर भेजना जिस नाल सिलेंडर के अंदर दाखिल हुई ज्यादा हवा ते तेल के मिश्रण में अग लगती है, जिस नाल इंजन की अंदर पावर वध पैदा होंगी है। सो कई बार की करते हैं पहाड़ी इलाके में ज्यादा ऊंचाई से चल जाइए, जिन्नी ज्यादा ऊंचाई से जाते आप ऊंचाई से जाई जावे तो हवा की जी डेंसिटी वो घटती जाती है। सो जिन्ना ज्यादा ऊंचाई से जाई जावे हवा की डेंसिटी घटती जाती है। सो कई बार आप पहाड़ी इलाके हिल स्टेशन के गड्डी लै जाते हैं तो उत्थे जी हवा की मात्रा जी घट होंगी है। सो टर्बो चार्जर लगा होगा या सुपर चार्जर लगा होगा तो ज्यादा हवा उसकी डेंसिटी ज्यादा, हवा ज्यादा अंदर जाऊगी। तो जे नॉर्मल गड्डी बिना टर्बो चार्जर ते होगी, बिना सुपर चार्जर ते होगी तो घट हवा अंदर दाखिल होगी। सो टर्बो चार्जर ते सुपर चार्जर का काम होंगे कि ज्यादा हवा अंदर भेजनी तो ज्यादा प्रेशर दे नाल भेजनी। सो टर्बो चार्जर की जब प्रैक्टिकली तस्वीर जो देखना चाहते तो ताडे स्क्रीन ते आशा कि दिख रही होगी। एक पुर्जा वा जिहड़ा तुसीं गड्डी दे विच जे लगा होए तां तुसीं दस सकदे हो, उहदा नाम दस सकदे हो कि इहनूं टर्बो चार्जर कहिंदे आ। सो इहदे विच टर्बो चार्जर दा ड्राइव ते लोकेशन, लोकेशन हुंदा किथे लगा हुंदा ते ड्राइव हुंदा किन्ना चलदा। सो इह केबल ते केबल एग्जास्ट मैनीफोल्ड ते ही लगा हुंदा, जिहड़ा फिट कीता हुंदा एग्जास्ट मैनीफोल्ड ते फिट कीता हुंदा। सो इहदे दो पार्ट्स ने, इक टर्बो चार्जर का एक पार्ट इनलेट मैनीफोल्ड दे नाल संबंध रखता, दूजा पार्ट जिहड़ा एग्जास्ट मैनीफोल्ड दे नाल संबंध लगता। सो क्वेश्चन पेपर च कई बार आ जाता कि टर्बो चार्जर माउंटेड कितने कीता हुंदा, लगा कितने हुंदा डैडी दा एग्जास्ट मैनीफोल्ड दे। क्यों? क्योंकि इहदी जिहड़ी मेन ड्राइव आ जिहड़ी पावर आ जे चलता जिहदे नाल आ वो एग्जास्ट गैसेस दे नाल चलता, जिहड़ियां तुहाडियां सिलेंडर दे अंदर तां दस्सिया कि इनलेट वाल्व दे अंदर जदों हवा ते तेल दा मिश्रण आउंदा, जदों उहनूं अग लगदी है जिहड़ी उत्तों पावर पैदा हो जाती है, तो जिहड़ी बलिया होया जिहड़ा मिश्रण उहनां नूं बाहर कढ़न वास्ते एग्जास्ट वाल्व हुंदा। सो एग्जास्ट गैसेस जिहड़ियां बाहर आउंदियां थ्रू एग्जास्ट वाल्व वो कित्थे आ जांदियां, एग्जास्ट मैनीफोल्ड दे विच आ जांदियां। एग्जास्ट मैनीफोल्ड तों अगे जिहड़ी गैसेस जांदियां ने वो टर्बो चार्जर नूं जांदियां। आ वेखो जिहड़ियां ब्लू कलर दियां इनटेक एयर आ जिहड़ी हवा कंप्रेसर दे विच आउणी है, इहदे विच वेखो दो पार्ट्स लगे हुंदे, एक लगा हुंदा इहदे विच टरबाइन व्हील हुंदा, एक कंप्रेसर व्हील हुंदा। सो कंप्रेसर व्हील दे विच हवा आउंदी है बाहरों ते उह इनटेक मैनीफोल्ड दे अंदर जांदी है। सो जिहड़ा तुहाडा एग्जास्ट गैसेस निकलदियां उह पहलों सब तों पहलों आउंदियां टरबाइन व्हील दे विच। सो एग्जास्ट गैसेस दे नाल टरबाइन दा चक्का, टरबाइन व्हील घुमदा। सो टरबाइन व्हील ते जिहड़ा कंप्रेसर व्हील आ दोवें इक्को शाफ्ट नाल लगे हुंदे आ। सो जदों टरबाइन घुमूगी ਤਾਂ ਕੰਪਰੈਸਰ ਦਾ ਚੱਕਾ ਵੀ ਘੁੰਮੂਗਾ, ਕੰਪਰੈਸਰ ਵੀਲ ਜਦੋਂ ਕੰਪਰੈਸਰ ਵੀਲ ਘੁੰਮੂਗਾ ਤਾਂ ਬਾਹਰੋਂ ਹਵਾ ਲਊਗਾ। ਸੋ ਬਾਹਰੋਂ ਹਵਾ ਜਿਹੜੀ ਲਈ ਉਹਦਾ ਪ੍ਰੈਸ਼ਰ ਤੇ ਉਹਦੀ ਡੈਂਸਿਟੀ ਵਧਾ ਕੇ ਇਨਟੇਕ ਮੈਨੀਫੋਲਡ ਦੇ ਅੰਦਰ ਭੇਜੂਗਾ। ਸੋ ਇਹਦੀ ਵਰਕਿੰਗ ਆਪਾਂ ਪੂਰੀ ਪੜ੍ਹਨੀ ਆ। ਸੋ ਵੇਖੋ ਕਿਹੜੇ ਕਿਹੜੇ ਕੰਪੋਨੈਂਟਸ ਦੱਸਿਆ ਕਿ ਤੁਹਾਨੂੰ ਕਿ ਆ ਜੋ ਤੁਹਾਡੇ ਸਕਰੀਨ ਤੇ ਡਾਇਗਰਾਮ ਆ ਦੇ ਵਿੱਚ ਵੇਖੋ ਕਿ ਇੱਕ ਇਨਲੈਟ ਵਾਲਵ ਲੱਗਾ ਹੋਇਆ, ਇੱਕ ਐਗਜ਼ਾਸਟ ਵਾਲਵ ਲੱਗਾ ਹੋਇਆ। ਸੋ ਇਨਲੈਟ ਵਾਲਵ ਵਾਲੀ ਸਾਈਡ ਤੇ ਇਨਟੇਕ ਮੈਨੀਫੋਲਡ ਆ, ਸੋ ਐਗਜ਼ਾਸਟ ਵਾਲਵ ਵਾਲੀ ਸਾਈਡ ਤੇ ਐਗਜ਼ਾਸਟ ਮੈਨੀਫੋਲਡ ਆ। ਸੋ ਜਦੋਂ ਇੰਜਨ ਦੇ ਵਿੱਚੋਂ ਐਗਜ਼ਾਸਟ ਗੈਸਸ ਪੈਦਾ ਹੁੰਦੀਆਂ ਨੇ ਜਿਹੜੀਆਂ ਰੈੱਡ ਕਲਰ ਦੀ ਐਗਜ਼ਾਸਟ ਗੈਸਸ ਆ, ਸਭ ਤੋਂ ਪਹਿਲਾਂ ਕਿੱਥੇ ਜਾਂਦੀਆਂ ਨੇ? ਟਰਬਾਈਨ, ਟਰਬਾਈਨ ਦੇ ਇਨਲੈਟ ਦੇ ਵਿੱਚ, ਮਤਲਬ ਕੰਪਰੈਸ। ਮੈਂ ਦੱਸਿਆ ਕਿ ਟਰਬੋ ਚਾਰਜਰ ਦੇ ਵਿੱਚ ਦੋ ਪਾਰਟਸ ਲੱਗੇ ਹੁੰਦੇ ਨੇ, ਇੱਕ ਟਰਬਾਈਨ ਵੀਲ ਇੱਕ ਕੰਪਰੈਸਰ ਵੀਲ। ਸੋ ਟਰਬਾਈਨ ਵੀਲ ਤੇ ਕੰਪਰੈਸਰ ਵੀਲ ਦੋਵੇਂ ਇੱਕੋ ਹੀ ਸ਼ਾਫਟ ਦੇ ਨਾਲ ਅਟੈਚ ਕੀਤੇ ਹੁੰਦੇ ਨੇ। ਸੋ ਸਭ ਤੋਂ ਪਹਿਲਾਂ ਜਿਹੜਾ ਐਗਜ਼ਾਸਟ ਆ, ਜਿਹੜਾ ਸਿਲੰਡਰ ਦੇ ਵਿੱਚੋਂ ਐਗਜ਼ਾਸਟ ਨਿਕਲਦਾ, ਉਹ ਸਭ ਤੋਂ ਪਹਿਲਾਂ ਐਗਜ਼ਾਸਟ ਵਾਲਵ ਦੇ ਜ਼ਰੀਏ ਐਗਜ਼ਾਸਟ ਮੈਨੀਫੋਲਡ ਦੇ ਵਿੱਚ ਆਉਂਦਾ। ਐਗਜ਼ਾਸਟ ਮੈਨੀਫੋਲਡ ਦੇ ਵਿੱਚੋਂ ਜਿਹੜੀਆਂ ਐਗਜ਼ਾਸਟ ਗੈਸਿਸ ਨੇ ਉਹ
ਟਰਬਾਈਨ ਦੇ ਵਿੱਚ ਜਾਂਦੀਆਂ ਨੇ, ਜਿਹੜਾ ਟਰਬੋ ਚਾਰਜਰ ਦੀ ਪਹਿਲੀ ਟਰਬਾਈਨਸ ਲੱਗੀ ਆ, ਟਰਬਾਈਨਸ ਦੇ ਵਿੱਚ ਜਦੋਂ ਜਦੋਂ ਐਗਜ਼ਾਸਟ ਗੈਸ ਜਾਂਦੀ ਹੈ ਨਾ, ਉਹਦੇ ਵਿੱਚ ਇੱਕ ਨੋਜ਼ਲ ਲੱਗੀ ਹੁੰਦੀ ਆ, ਨੋਜ਼ਲ 'ਚ ਜਦੋਂ ਗੈਸ ਜਾਂਦੀ ਹੈ ਐਗਜ਼ਾਸਟ ਗੈਸ, ਤਾਂ ਉਹਦੀ ਵਲੋਸਟੀ ਨੋਜ਼ਲ ਕੀ ਕਰਦੀ ਹੈ ਕਿ ਡਾਇਮੀਟਰ ਘੱਟ ਜਾਂਦਾ, ਵਲੋਸਟੀ ਵੱਧ ਜਾਂਦੀ, ਉਹਦੀ ਵਲੋਸਟੀ ਇੰਨੀ ਜ਼ਿਆਦਾ ਵੱਧ ਜਾਂਦੀ ਜਦੋਂ ਟਰਬਾਈਨ ਦੇ ਵੀਲ ਤੇ ਟਰਬਾਈਨਸ ਦੇ ਜਿਹੜੇ ਬਲੇਡ ਬਣੇ ਹੁੰਦੇ ਆ, ਉਹ ਜਦੋਂ ਦੇ ਬਲੇਡ ਤੇ ਉੱਤੇ ਐਗਜ਼ਾਸਟ ਗੈਸ ਪੈਂਦੀ ਆ, ਤਾਂ ਟਰਬਾਈਨ ਦਾ ਚੱਕਾ ਘੁੰਮਣਾ ਸਟਾਰਟ ਹੋ ਜਾਂਦਾ, ਟਰਬਾਈਨ ਵੀਲ। ਜਦੋਂ ਟਰਬਾਈਨ ਵੀਲ ਘੁੰਮਦਾ ਵਾ, ਤੇ ਨਾਲ ਦੀ ਨਾਲ ਹੀ ਕੰਪਰੈਸਰ ਵੀਲ ਘੁੰਮਣਾ ਸਟਾਰਟ ਹੋ ਜਾਣਾ। ਸੋ ਕੰਪਰੈਸਰ ਨੇ ਕੀ ਕਰਨਾ, ਜਦੋਂ ਕੰਪਰੈਸਰ ਚੱਲ ਪਿਆ, ਕੰਪਰੈਸਰ ਦਾ ਵੀਲ ਰੋਟਰ ਚੱਲ ਪਿਆ, ਤੇ ਉਹਨੇ ਬਾਹਰੋਂ ਹਵਾ ਜਿਹੜੀ ਇਨਲੈਟ, ਉਹਦਾ ਇੱਕ ਪੁਆਇੰਟ ਹੁੰਦਾ ਇਨਲੈਟ ਜਿੱਥੋਂ ਉਹਨੇ ਹਵਾ ਖਿੱਚ ਲੈਣੀ, ਸੋ ਉਹ ਹਵਾ ਜਿਹੜੀ ਆ, ਸੋ ਉਹ ਹਵਾ ਜਿਹੜੀ ਪਾਸ ਹੁੰਦੀ ਹੋਈ ਕਿੱਥੇ ਜਾਊਗੀ, ਚਾਰਜ ਏਅਰ ਕੂਲਰ ਦੇ ਵਿੱਚ, ਜਿਹਨੂੰ ਇੰਟਰ ਏਅਰ ਕੂਲਰ ਕਹਿੰਦੇ ਆ। ਫਿਰ ਟਰਬੋ ਚਾਰਜਰ ਤੋਂ ਬਾਅਦ ਜਿਹੜੀ ਹਵਾ ਜਾਂਦੀ ਆ, ਚਾਰਜ ਏਅਰ ਕੂਲਰ ਕਹਿ ਲਓ ਜਾਂ ਇੰਟਰ ਕੂਲਰ ਕਹਿ ਲਓ, ਉਹਦੇ ਵਿੱਚੋਂ ਪਾਸ ਹੋ ਕੇ ਫਿਰ ਇਨਟੇਕ ਮੈਨੀਫੋਲਡ 'ਚ ਜਾਂਦੀ ਆ, ਫਿਰ ਇਨਟੇਕ ਮੈਨੀਫੋਲਡ ਤੋਂ ਬਾਅਦ ਇਨਲੈਟ ਵਾਲਵ ਖੁੱਲਦਾ, ਇਨਲੈਟ ਵਾਲਵ ਦੇ ਖੁੱਲਦਾ ਤਾਂ ਸਿਲੰਡਰ ਦੇ ਅੰਦਰ ਜਾਂਦੀ ਆ। ਸੋ ਇਹਦਾ ਵਰਕਿੰਗ ਕੀ ਆ, ਟਰਬੋ ਚਾਰਜਰ ਦਾ ਕੰਮ ਕੀ ਆ, ਇਹ ਇੰਜਨ ਦੀ ਐਗਜ਼ਾਸਟ ਗੈਸ ਨਾਲ ਚੱਲਦਾ। ਸਭ ਤੋਂ ਪਹਿਲਾਂ ਕੀ ਇਹ ਚੱਲਦਾ ਕਿਹਦੇ ਨਾਲ ਆ, ਇੰਜਨ ਦੀ ਐਗਜ਼ਾਸਟ ਗੈਸ ਦੇ ਨਾਲ। ਸੋ ਇਹਦੇ ਮੁੱਖ ਜਿਹੜੇ ਦੋ ਪੁਰਜੇ ਹੁੰਦੇ ਆ, ਇੱਕ ਟਰਬਾਈਨ ਚੱਕਾ ਹੁੰਦਾ ਜਿਹਨੂੰ ਟਰਬਾਈਨ ਵੀਲ ਬੋਲਦੇ ਆ, ਤੇ ਦੂਜਾ ਕੰਪਰੈਸਰ ਚੱਕਾ ਜਿਹਨੂੰ ਕੰਪਰੈਸਰ ਵੀਲ ਬੋਲਦੇ ਆ। ਸੋ ਦੋਵੇਂ ਇੱਕ ਦੂਜੇ ਇੱਕੋ ਹੀ ਸ਼ਾਫਟ ਨਾਲ ਜੁੜੇ ਹੁੰਦੇ ਆ। ਸੋ ਦੋਵੇਂ ਇੱਕ ਦੂਜੇ ਇੱਕੋ ਹੀ ਸ਼ਾਫਟ ਨਾਲ ਜੁੜੇ ਹੁੰਦੇ ਆ। ਸਭ ਤੋਂ ਪਹਿਲਾਂ ਜਿਹੜੀ ਐਗਜ਼ਾਸਟ ਗੈਸ ਹੁੰਦੀ ਆ, ਉਹ ਟਰਬਾਈਨ ਚੱਕੇ ਦੇ ਅੰਦਰ ਨੋਜ਼ਲ ਰਾਹੀਂ ਅੰਦਰ ਦਾਖਲ ਹੁੰਦੀ ਆ। ਜਦੋਂ ਨੋਜ਼ਲ ਦੇ ਵਿੱਚੋਂ ਐਗਜ਼ਾਸਟ ਗੈਸ ਪਾਸ ਕਰਦੀ ਆ, ਤਾਂ ਉਹਦੀ ਵਲੋਸਟੀ, ਉਹਦੀ ਸਪੀਡ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਜਦੋਂ ਟਰਬਾਈਨ ਹੁੰਦੀ ਆ, ਟਰਬਾਈਨ ਚੱਕੇ ਦੇ ਜਦੋਂ ਬਲੇਡ ਉੱਤੇ ਟਕਰਾਉਂਦੀ ਆ, ਤਾਂ ਟਰਬਾਈਨ ਦਾ ਚੱਕਾ ਘੁੰਮਣਾ ਸਟਾਰਟ ਹੋ ਜਾਂਦਾ। ਜਦੋਂ ਟਰਬਾਈਨ ਦਾ ਚੱਕਾ ਘੁੰਮ ਗਿਆ, ਤਾਂ ਟਰਬਾਈਨ ਦੇ ਨਾਲ ਇੱਕੋ ਹੀ ਸ਼ਾਫਟ ਲੱਗੀ ਹੁੰਦੀ ਆ, ਜਿਹੜੀ ਜਿਹਦੇ ਅੱਗੇ ਕੰਪਰੈਸਰ ਚੱਕਾ ਲੱਗਾ ਹੁੰਦਾ। ਸੋ ਕੰਪਰੈਸਰ ਦਾ ਚੱਕਾ ਵੀ ਘੁੰਮਣਾ ਸਟਾਰਟ ਹੋ ਜਾਣਾ। ਜਦੋਂ ਕੰਪਰੈਸਰ ਦਾ ਚੱਕਾ ਘੁੰਮਣਾ ਸਟਾਰਟ ਹੋ ਗਿਆ, ਉਹਨੇ ਬਾਹਰੋਂ ਤਾਜ਼ੀ ਹਵਾ ਲੈਣੀ ਆ, ਉਹਦਾ ਪ੍ਰੈਸ਼ਰ ਤੇ ਤਾਪਮਾਨ ਵਧਾ ਕੇ ਇਨਟੇਕ ਮੈਨੀਫੋਲਡ ਦੇ ਵਿੱਚ ਭੇਜ ਦੇਣੀ। ਸੋ ਕਹਿਣ ਦਾ ਭਾਵ ਕਿ ਜ਼ਿਆਦਾ ਗਰਮ ਤੇ ਪ੍ਰੈਸ਼ਰ ਵਾਲੀ ਹਵਾ, ਜ਼ਿਆਦਾ ਡੈਂਸਿਟੀ ਵਾਲੀ ਹਵਾ, ਜ਼ਿਆਦਾ ਸੰਘਣੀ ਹਵਾ ਇੰਜਨ ਦੇ ਜਦੋਂ ਅੰਦਰ ਜਾਊਗੀ, ਤਾਂ ਉਹ ਜ਼ਿਆਦਾ, ਜਦੋਂ ਬਿਲਕੁਲ ਉਹਨੂੰ ਅੱਗ ਲੱਗੂਗੀ, ਤਾਂ ਜ਼ਿਆਦਾ ਪਾਵਰ ਪੈਦਾ ਹੋਊਗੀ। ਸੋ ਜਿਹੜਾ ਡਾਇਗ੍ਰਾਮ ਤੁਹਾਡੀ ਸਕਰੀਨ ਤੇ ਆ ਰਿਹਾ, ਇਹ ਬੜਾ ਹੈ, ਵੈਰੀ ਵੈਰੀ ਇੰਪੋਰਟੈਂਟ, 'ਚ ਬੜੇ ਕੁਸ਼ਚਨ ਬਣ ਜਾਂਦੇ ਆ। ਵੇਖੋ, ਰੈੱਡ ਵਾਲੀ ਸਾਈਡ ਹੈਗਾ ਵਾ ਡੈਡੀ ਦਾ ਟਰਬਾਈਨ ਵੀਲ, ਸੋ ਬਲੂ ਵਾਲੀ ਸਾਈਡ ਤੇ ਹੈਗਾ ਡੈਡੀ ਦਾ ਕੰਪਰੈਸਰ। ਸੋ ਟਰਬਾਈਨ ਦੇ ਵੀ ਦੋ ਪੁਆਇੰਟ ਹੁੰਦੇ ਆ, ਟਰਬਾਈਨ ਦੇ ਵੇਖੋ ਜਿਹੜਾ ਵੀਲ ਆ, ਇਹ ਅੰਦਰ ਆ, ਇਹਦੇ ਉੱਤੇ ਬਾਹਰ ਪਹਿਲਾਂ ਬੋਡੀ ਹੁੰਦੀ ਜਿਹਨੂੰ ਟਰਬਾਈਨ ਹੋਜ਼ਿੰਗ ਬੋਲਦੇ ਆ। ਸੋ ਟਰਬਾਈਨ ਦਾ ਵੀਲ ਟਰਬਾਈਨ ਹੋਜ਼ਿੰਗ ਦੇ ਵਿੱਚ ਹੁੰਦਾ, ਕੰਪਰੈਸਰ ਦਾ ਵੀਲ ਕੰਪਰੈਸਰ ਹੋਜ਼ਿੰਗ ਦੇ ਵਿੱਚ ਹੁੰਦਾ। ਸੋ ਟਰਬਾਈਨ ਵਾਲੇ ਪਾਸੇ ਵੀ ਇੱਕ ਇਨਲੈਟ ਪੁਆਇੰਟ ਆ, ਇੱਕ ਆਊਟਲੈਟ ਪੁਆਇੰਟ ਆ। ਇਨਲੈਟ ਪੁਆਇੰਟ ਆ ਕਿ ਜਦੋਂ ਐਗਜ਼ਾਸਟ ਮੈਨੀਫੋਲਡ ਤੋਂ ਐਗਜ਼ਾਸਟ ਗੈਸਾਂ ਹੁੰਦੀ ਆ, ਤਾਂ ਟਰਬਾਈਨ ਦੇ ਇਨਲੈਟ ਪੁਆਇੰਟ ਦੇ ਅੰਦਰ ਦਾਖਲ ਹੁੰਦੀ ਆ। ਉੱਥੋਂ ਫਿਰ ਕੀ ਕਰਦਾ ਕਿ ਜਦੋਂ ਟਰਬਾਈਨ ਦਾ ਵੀਲ ਘੁੰਮ ਜਾਂਦਾ, ਤੇ ਬਾਹਰ ਜਿਹੜਾ ਗੈਸਾਂ ਫਿਰ ਕਿੱਧਰ ਨੂੰ ਚੱਲ ਜਾਂਦੀਆਂ, ਸਾਇਲੈਂਸਰ ਨੂੰ। ਸੋ ਜਦੋਂ ਕੰਪਰੈਸਰ ਦੇ ਵੀ ਕੰਪਰੈਸਰ ਵਾਲੀ ਸਾਈਡ ਤੇ ਵੀ ਕੰਪਰੈਸਰ ਹੋਜ਼ਿੰਗ ਆ, ਉਹਦੇ ਅੰਦਰ ਕੰਪਰੈਸਰ ਵੀਲ ਆ, ਉਹਦੇ ਵੀ ਦੋ ਪੁਆਇੰਟ, ਇੱਕ ਇਨਲੈਟ ਇੱਕ ਐਗਜ਼ਾਸਟ ਆ, ਇੱਕ ਆਊਟਲੈਟ ਪੁਆਇੰਟ ਆ। ਇਨਲੈਟ ਪੁਆਇੰਟ ਹੁੰਦਾ ਜਿੱਥੋਂ ਹਵਾ ਬਾਹਰੋਂ ਆਉਂਦੀ ਆ, ਵਾਤਾਵਰਨ ਦੇ ਵਿੱਚ ਹਵਾ ਖਿੱਚ ਲੈਂਦਾ, ਕੰਪਰੈਸਰ 'ਚੋਂ ਜਦੋਂ ਹਵਾ ਨਿਕਲਦੀ ਆ ਤਾਂ ਬਾਹਰ ਖਿੱਚ ਜਾਂਦੀ ਆ, ਇਨਟੇਕ ਮੈਨੀਫੋਲਡ ਨੂੰ ਚੱਲ ਜਾਂਦੀ ਆ। ਸੋ ਦੋਵੇਂ ਜਿਹੜੀਆਂ ਅਸੈਂਬਲੀ ਹੁੰਦੀਆਂ, ਜਿਹੜੀਆਂ ਕੰਪਰੈਸਰ ਵਾਲੀ ਸਾਈਡ ਤੇ ਜਿਹੜਾ ਤੁਹਾਡਾ ਜਿਹੜਾ ਟਰਬਾਈਨ ਵਾਲੀ ਸਾਈਡ ਆ, ਦੋਵੇਂ ਇੱਕ ਦੋ ਪ੍ਰੋਪਰ ਸੀਲਡ ਕੀਤੀਆਂ ਹੁੰਦੀਆਂ, ਜਿਹਦੇ ਵਿੱਚ ਸੀਲ ਪਾਇਆ ਹੁੰਦਾ। ਕਹਿਣ ਦਾ ਭਾਵ ਕਿ ਜਿਹੜੀਆਂ ਐਗਜ਼ਾਸਟ ਗੈਸਿਸ ਹਵਾ ਦੇ ਵਿੱਚ ਨਹੀਂ ਮਿਕਸ ਕਰ ਸਕਦੀਆਂ, ਕਹਿਣ ਦਾ ਭਾਵ ਕਿ ਜਿਹੜਾ ਟਰਬਾਈਨ ਵਾਲਾ ਪਾਸੇ ਦੇ ਵਿੱਚ ਜਿਹੜੀਆਂ ਐਗਜ਼ਾਸਟ ਗੈਸਿਸ ਆ, ਉਹ ਕੰਪਰੈਸਰ ਵਾਲੇ ਪਾਸੇ ਨਹੀਂ ਆ ਸਕਦੀਆਂ, ਕੰਪਰੈਸਰ ਵਾਲੀ ਜਿਹੜੀ ਹਵਾ ਵਾ ਉਹ ਤੁਹਾਡੀ ਉੱਧਰ ਨਹੀਂ ਜਾ ਸਕਦੀ ਟਰਬਾਈਨ ਵਾਲੇ ਪਾਸੇ, ਦੋਵਾਂ ਦੇ ਵਿੱਚ ਇੱਕ ਸੀਲ ਲੱਗੀ ਹੁੰਦੀ ਆ। ਸੋ ਪ੍ਰੋਪਰ ਸੀਲ ਹੁੰਦਾ। ਸੋ ਉਹਦੇ ਵਿੱਚ ਦੂਜੀ ਗੱਲ ਕੀ ਹੈ, ਦੋਵੇਂ ਜਿਹੜੇ ਵੀਲ ਆ ਬਹੁਤ ਜ਼ਿਆਦਾ ਹਾਈ ਆਰ ਪੀ ਐਮ ਦੇ ਨਾਲ ਘੁੰਮਦੇ, ਲਗਭਗ 15,000 ਆਰ ਪੀ ਐਮ ਦੇ ਨਾਲ ਟਰਬਾਈਨ ਵੀਲ ਘੁੰਮਦਾ। ਸੋ ਇਹਦੀ ਲਿਬਰੀਕੇਸ਼ਨ ਜਿਹੜੀ ਆ, ਓਇਲ ਨੂੰ ਪ੍ਰੋਪਰ ਲਗਾਤਾਰ ਇਹਦੇ ਵਾਸਤੇ ਇੱਕ ਲਿਬਰੀਕੇਸ਼ਨ ਹੁੰਦਾ, ਪੁਆਇੰਟ ਡੈਡੀ ਦਾ ਓਇਲ ਲਗਾਤਾਰ ਇਹਦੇ ਵਾਸਤੇ ਲਿਬਰੀਕੇਸ਼ਨ ਹੁੰਦੀ ਆ। ਇੰਜਨ ਓਇਲ ਪਾਇਆ ਹੁੰਦਾ ਨਾ ਲਿਬਰੀਕੇਸ਼ਨ ਵਾਸਤੇ, ਉਹ ਕੰਟੀਨਿਊ ਇਹਦੇ ਨਾਲ ਚੱਲਦਾ। ਸੋ ਕਿਉਂਕਿ ਇਹਦਾ ਜਿਹੜਾ ਟਰਬਾਈਨ ਵੀਲ ਆ, 15,000 ਆਰ ਪੀ ਐਮ ਦਾ ਮਤਲਬ ਕਿ ਇੱਕ ਮਿੰਟ ਦੇ ਵਿੱਚ 15,000 ਚੱਕਰ ਲਗਾਉਂਦਾ ਟਰਬਾਈਨ ਵੀਲ। ਸੋ ਬਹੁਤ ਜ਼ਿਆਦਾ ਸਪੀਡ ਦੇ ਨਾਲ ਘੁੰਮਦਾ। ਸੋ ਇਹਨਾਂ ਦੋਵਾਂ ਦਾ ਕੰਮ ਸੁਪਰ ਚਾਰਜਰ ਦੇ ਟਰਬੋ ਚਾਰਜਰ ਦਾ ਲਗਭਗ ਸੇਮ ਹੀ ਆ, ਬਟ ਡਿਫਰੈਂਸ ਵੇਖੋ ਕੀ ਆਇਆ ਕਿ ਜਿਹੜਾ ਸੁਪਰ ਚਾਰਜਰ ਆ ਉਹ ਕਰੈਂਕਸ਼ਾਫਟ ਤੋਂ ਪਾਵਰ ਲੈਂਦਾ ਬਾਈ ਬੈਲਟ,
ਬਟ ਜਿਹੜਾ ਟਰਬੋ ਚਾਰਜਰ ਉਹ ਕਿਹਦੇ ਨਾਲ ਚੱਲਦਾ, ਜਿਹੜੀਆਂ ਤੁਹਾਡੀਆਂ ਇੰਜਨ ਦੀਆਂ ਐਗਜ਼ਾਸਟ ਗੈਸਾਂ ਦੇ ਨਾਲ ਚੱਲਦਾ, ਸਭ ਤੋਂ ਮੇਜਰ ਡਿਫਰੈਂਸ ਆ। ਸੋ ਟਰਬੋ ਚਾਰਜਰ ਜਿਹੜਾ ਵਾ ਡੀਜ਼ਲ ਗੱਡੀ 'ਚ ਲੱਗਾ ਹੁੰਦਾ, ਪੈਟਰੋਲ 'ਚ ਵੀ ਲੱਗ ਸਕਦਾ, ਬਟ ਪੈਟਰੋਲ 'ਚ ਲਾ ਕੇ ਇਹਦਾ ਕੋਈ ਬੈਨੀਫਿਟ ਨਹੀਂ ਇੰਨਾ ਮਿਲਦਾ, ਕਿਉਂਕਿ ਡੈਟੋਨੇਸ਼ਨ ਦੀ ਪ੍ਰੋਬਲਮ ਆ ਜਾਂਦੀ ਹੈ ਜਦੋਂ ਗੱਡੀਆਂ। ਸਪੋਜ਼ ਕਰੋ ਜੇ ਪੈਟਰੋਲ ਇੰਜਨ 'ਚ ਤੁਸੀਂ ਟਰਬੋ ਚਾਰਜਰ ਲਾ ਦਿੰਦੇ ਹੋ ਤਾਂ ਜ਼ਿਆਦਾ ਪ੍ਰੈਸ਼ਰ ਦੇ ਨਾਲ ਕੀ ਹੁੰਦਾ ਕਿ ਉਹ ਡੈਟੋਨੇਸ਼ਨ ਪੈਦਾ ਹੋ ਜਾਂਦੀ ਹੈ, ਕਿ ਉਹ ਤੁਹਾਡਾ ਪ੍ਰੀ ਕੰਬਸ਼ਨ ਹੋ ਜਾਂਦਾ, ਪਹਿਲਾਂ ਹੀ ਅੱਗ ਲੱਗਣੀ ਸਟਾਰਟ ਹੋ ਜਾਊਗੀ ਮਿਕਸਚਰ ਨੂੰ। ਸੋ ਪੈਟਰੋਲ ਇੰਜਨ ਦੇ ਵਿੱਚ ਜਿਹੜਾ ਟਰਬੋ ਚਾਰਜਰ ਬਹੁਤ ਘੱਟ ਆ, ਜ਼ਿਆਦਾਤਰ ਹਮੇਸ਼ਾ ਇਹਦਾ ਬੈਨੀਫਿਟ ਮਿਲਦਾ ਵਾ ਕਿ ਡੀਜ਼ਲ ਗੱਡੀ ਦੇ ਵਿੱਚ, ਡੀਜ਼ਲ ਇੰਜਨ 'ਚ ਟਰਬੋ ਚਾਰਜਰ ਲੱਗਾ ਹੁੰਦਾ। ਸੋ ਸੁਪਰ ਚਾਰਜਰ ਦੇ ਟਰਬੋ ਚਾਰਜਰ ਦੇ ਵਿੱਚ ਮੇਜਰ ਡਿਫਰੈਂਸ ਇਹੀ ਹੁੰਦਾ ਕਿ ਸੁਪਰ ਚਾਰਜਰ ਜਿਹੜਾ ਕ੍ਰੈਂਕਸ਼ਾਫਟ ਦੀ ਪਾਵਰ ਦੇ ਨਾਲ ਚੱਲਦਾ, ਤੇ ਜਿਹੜਾ ਟਰਬੋ ਚਾਰਜਰ ਆ ਉਹ ਐਗਜ਼ਾਸਟ ਗੈਸ ਦੇ ਨਾਲ ਚੱਲਦਾ। ਹੁਣ ਤੁਹਾਡੀ ਸਕਰੀਨ ਤੇ ਕੱਟ ਸੈਕਸ਼ਨ ਮਾਡਲ ਸ਼ੋ ਹੋ ਰਿਹਾ ਟਰਬੋ ਚਾਰਜਰ ਦੇ ਵਿੱਚ, ਵੇਖੋ ਕਿ ਇੱਕ ਜਿਹੜਾ ਰੈੱਡ ਕਲਰ ਦਾ ਤੇ ਬਲੂ ਕਲਰ ਦਾ। ਸੋ ਕਹਿਣ ਦਾ ਭਾਵ ਕਿ ਇੱਕ ਹਾਊਸਿੰਗ ਹੁੰਦੀ ਆ, ਹਾਊਸਿੰਗ ਹੁੰਦੀ ਬਾਹਰਲੀ ਬੋਡੀ। ਸੋ ਇੱਦਾਂ ਟਰਬਾਈਨ ਦੀ ਬਾਹਰਲੀ ਬੋਡੀ ਆ, ਕੰਪਰੈਸਰ ਦੀ ਵੀ ਬਾਹਰਲੀ ਬੋਡੀ ਆ। ਟਰਬਾਈਨ ਦੀ ਬਾਹਰਲੀ ਬੋਡੀ ਦੇ ਅੰਦਰ ਲੱਗਿਆ ਹੋਊਗਾ ਟਰਬਾਈਨ ਵੀਲ, ਕੰਪਰੈਸਰ ਦੀ ਬਾਹਰਲੀ ਬੋਡੀ ਦੀ ਅੰਦਰ ਲੱਗਿਆ ਹੋਊਗਾ ਕੰਪਰੈਸਰ ਵੀਲ। ਸੋ ਦੋਵੇਂ ਵੀਲ ਵੇਖੋ, ਦੋਵੇਂ ਜਿਹੜੇ ਰੋਟਰ ਵੇਖੋ ਇੱਕੋ ਹੀ ਸ਼ਾਫਟ ਦੇ ਨਾਲ ਅਟੈਚ ਆ, ਦੋਵਾਂ ਨੂੰ ਇੱਕੋ ਹੀ ਕਾਮਨ ਸ਼ਾਫਟ ਆ। ਜੇ ਟਰਬਾਈਨ ਦਾ ਵੀਲ ਘੁੰਮੂਗਾ ਫਿਰ ਕੰਪਰੈਸਰ ਵੀ ਘੁੰਮੂਗਾ। ਸੋ ਜਿਹੜਾ ਜਿਹੜਾ ਵਿਗਿਆਨਿਕ ਆ ਜਿਹਨੇ ਖੋਜ ਕੀਤੀ ਟਰਬੋ ਚਾਰਜਰ ਦੀ, ਉਹੀ ਕੀਤੀ ਕਿ ਜਿਹੜੀਆਂ ਐਗਜ਼ਾਸਟ ਗੈਸ ਜਦੋਂ ਟਰਬੋ ਚਾਰਜਰ ਦੇ ਟਰਬਾਈਨ ਵੀਲ 'ਚ ਜਾਂਦੀਆਂ ਤਾਂ ਟਰਬਾਈਨ ਦਾ ਚੱਕਾ ਘੁੰਮਣਾ ਸਟਾਰਟ ਹੋ ਜਾਂਦਾ। ਜਦੋਂ ਟਰਬਾਈਨ ਵੀਲ ਘੁੰਮੂਗਾ ਤੇ ਨਾਲ ਹੀ ਨਾਲ ਇੱਕੋ ਸ਼ਾਫਟ ਨਾਲ ਅਟੈਚ ਹੁੰਦਾ ਕੰਪਰੈਸਰ ਵੀਲ ਘੁੰਮੂਗਾ। ਮੇਨ ਆਪਾਂ ਕੰਪਰੈਸਰ ਵੀਲ ਨੂੰ ਘੁੰਮਾਉਣਾ। ਸੋ ਕੰਪਰੈਸਰ ਘੁੰਮ ਗਿਆ, ਉਹਨੇ ਬਾਹਰੋਂ ਹਵਾ ਲਈ, ਉਹਦੀ ਡੈਂਸਿਟੀ, ਉਹਦਾ ਪ੍ਰੈਸ਼ਰ ਵਧਾ ਕੇ ਹਵਾ ਇਨਟੇਕ ਮੈਨੀਫੋਲਡ ਨੂੰ ਪਹੁੰਚਾਈ। ਸੋ ਮੇਨ ਆਪਣਾ ਮੇਨ ਮਕਸਦ, ਸਾਡਾ ਜਿਹੜਾ ਮਨੋਰਥ ਆ, ਸਾਡਾ ਜਿਹੜਾ ਪ੍ਰਯੋਜਨ ਆ, ਸਾਡਾ ਜਿਹੜਾ ਨਿਸ਼ਾਨਾ ਵਾ, ਉਹ ਇਹੀ ਹੈ ਕਿ ਜਿਹੜਾ ਤੁਹਾਡਾ ਸਿਲੰਡਰ ਦੇ ਅੰਦਰ ਜਿਹੜਾ ਮਿਕਸਚਰ, ਏਅਰ ਫਿਊਲ ਮਿਕਸਚਰ ਜਾਣਾ ਚਾਹੀਦਾ, ਉਹਦਾ ਪ੍ਰੈਸ਼ਰ ਪਲੱਸ ਉਹਦੀ ਡੈਂਸਿਟੀ ਵਧਣੀ ਚਾਹੀਦੀ ਆ। ਸੋ ਡੈਂਸਿਟੀ ਤੇ ਪ੍ਰੈਸ਼ਰ ਵਧਾਉਣ ਲਈ ਆਪਣਾ ਵਿਗਿਆਨੀਆਂ ਨੇ ਦੋ ਚੀਜ਼ਾਂ ਦੀ ਕਾਢ ਕੱਢੀ, ਇੱਕ ਸੁਪਰ ਚਾਰਜਰ, ਇੱਕ ਟਰਬੋ ਚਾਰਜਰ। ਸੋ ਸੁਪਰ ਚਾਰਜਰ ਨੂੰ ਚਲਾਉਣ ਵਾਸਤੇ ਇੰਜਨ ਦੀ ਪਾਵਰ ਲੈਣੀ ਪੈਂਦੀ ਹੈ ਕ੍ਰੈਂਕਸ਼ਾਫਟ ਤੋਂ। ਸੋ ਟਰਬੋ ਚਾਰਜਰ ਨੂੰ ਚਲਾਉਣ ਵਾਸਤੇ ਐਗਜ਼ਾਸਟ ਜਿਹੜੀਆਂ ਗੈਸਿਸ ਹੁੰਦੀਆਂ ਉਹਦੇ ਨਾਲ ਚੱਲ ਜਾਂਦਾ। ਸੋ ਟਰਬੋ ਚਾਰਜਰ ਡੀਜ਼ਲ ਗੱਡੀ 'ਚ ਲੱਗਾ ਹੁੰਦਾ। ਸੋ ਉਸ ਤੋਂ ਬਾਅਦ ਟਰਬੋ ਚਾਰਜਰ ਵੀ ਅੱਗੇ ਦੋ ਤਰ੍ਹਾਂ ਦੇ ਆ ਰਹੇ ਆ। ਟਰਬੋ ਚਾਰਜਰ ਇੱਕ ਹੁੰਦਾ ਡੈਡੀ ਦਾ, ਸਾਰੇ ਸਿਖਿਆਰਥੀ ਨੋਟ ਕਰ ਲਿਓ, FGT ਦੀ ਫੁੱਲ ਫਾਰਮ ਲਗਭਗ ਸਾਰੇ ਪੇਪਰਾਂ 'ਚ ਆਉਂਦੀ ਆ, ਪ੍ਰੀਵੀਅਸ ਪੇਪਰ 'ਚ ਆਈ ਦੀ ਆ। ਇੱਕ ਹੁੰਦਾ ਫਿਕਸਡ ਜਮੈਟਰੀ ਟਰਬੋ ਚਾਰਜਰ, FGT, ਉਹਨੂੰ FGT ਬੋਲਦੇ। ਇੱਕ ਹੁੰਦਾ ਡੈਡੀ ਦਾ ਵੇਰੀਏਬਲ ਜਮੈਟਰੀ ਟਰਬੋ ਚਾਰਜਰ। ਸੋ ਪਹਿਲਾ ਜਿਹੜਾ ਆਪਾਂ ਪੜਿਆ ਡੈਡੀ ਦਾ ਫਿਕਸਡ ਜਮੈਟਰੀ ਟਰਬੋ ਚਾਰਜਰ FGT, ਜਿਹੜਾ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਚਾਰ ਨੰਬਰ ਜਿਹੜਾ ਤੁਹਾਡੀ ਸਕਰੀਨ ਤੇ ਡਾਇਗ੍ਰਾਮ ਸ਼ੋ ਹੋ ਰਿਹਾ ਨਾ, ਇੱਕ ਨੰਬਰ ਹੈਗਾ ਵਾ ਡੈਡੀ ਦਾ। ਇਹ ਕੁਸ਼ਚਨ ਪੇਪਰ 'ਚ ਆਉਣਾ ਜੇ ਪੂਰਾ, ਤੁਹਾਨੂੰ ਬਾਅਦ 'ਚ ਮੈਂ ਦੱਸਦਾ ਕੁਸ਼ਚਨ। ਇੱਕ ਨੰਬਰ ਇਹਦੇ ਵਿੱਚ ਹੈਗਾ ਡੈਡੀ ਦਾ ਟਰਬਾਈਨ ਵੀਲ, ਚਾਰ ਨੰਬਰ ਹੈਗਾ ਡੈਡੀ ਦਾ ਟਰਬਾਈਨ ਹੋਜ਼ੀ। ਸੋ ਤਿੰਨ ਨੰਬਰ 'ਤੇ ਹੈਗੀ ਆ ਜਿਹੜੀ ਸ਼ਾਫਟ। ਸੋ ਪੰਜ ਨੰਬਰ 'ਤੇ ਹੈਗਾ ਡੈਡੀ ਦਾ ਕੰਪਰੈਸਰ ਹੋਜ਼ਿੰਗ, ਦੋ ਨੰਬਰ 'ਤੇ ਕੰਪਰੈਸ਼ਰ ਵੀਲ, ਛੇ ਨੰਬਰ 'ਤੇ ਹੈਗਾ ਡੈਡੀ ਦਾ ਆਊਟਲੈਟ ਆਫ ਕੰਪਰੈਸਰ ਕਨੈਕਟਡ ਟੂ ਇਨਟੇਕ ਮੈਨੀਫੋਲਡ। ਸੋ ਦੇਖੋ ਕਿ ਟਰਬਾਈਨ ਦੇ ਵੀ ਦੋ, ਇੱਕ ਇਨਲੈਟ ਹੈ ਇੱਕ ਆਊਟਲੈਟ ਹੈ, ਇੱਦਾਂ ਕੰਪਰੈਸਰ ਦਾ ਵੀ ਇੱਕ ਇਨਲੈਟ ਆ ਆਊਟਲੈਟ ਆ। ਸੋ ਟਰਬਾਈਨ ਦਾ ਇਨਲੈਟ ਅਤੇ ਆਊਟਲੈਟ ਪਤਾ ਹੋਣਾ ਚਾਹੀਦਾ, ਕਨੈਕਟ ਕੀਤਾ ਕਿਹਦੇ ਨਾਲ ਕੀਤਾ ਹੁੰਦਾ। ਸੋ ਇਨਲੈਟ ਕਨੈਕਟ ਕੀਤਾ ਹੁੰਦਾ ਐਗਜ਼ਾਸਟ ਮੈਨੀਫੋਲਡ ਦੇ ਨਾਲ ਟਰਬਾਈਨ ਦਾ। ਸੋ ਟਰਬਾਈਨ ਦਾ ਜਿਹੜਾ ਆਊਟਲੈਟ ਹੁੰਦਾ ਉਹ ਕਨੈਕਟ ਕੀਤਾ ਹੁੰਦਾ ਸਾਇਲੈਂਸਰ ਦੇ ਨਾਲ। ਸੋ ਇੱਦਾਂ ਹੀ ਤੁਹਾਡਾ ਜਿਹੜਾ ਕੰਪਰੈਸਰ ਦਾ ਇਨਲੈਟ ਕਨੈਕਟ ਕੀਤਾ ਹੁੰਦਾ ਵਾ, ਜਿਹੜਾ ਤੁਹਾਡਾ ਏਅਰ ਕਲੀਨਰ ਲੈ ਲਓ ਜਾਂ ਕਾਰਬੋਰੇਟਰ ਲੈ ਲਓ, ਏਅਰ ਕਲੀਨਰ ਜਿੱਥੋਂ ਹਵਾ ਤੁਹਾਡੀ ਬਿਲਕੁਲ ਜਿਹੜਾ ਆਪਾਂ ਪੜਿਆ ਹੀ ਹਵਾ ਇਨਵਾਇਰਮੈਂਟ ਦੀ ਆਉਂਦੀ ਹੈ, ਏਅਰ ਕਲੀਨਰ 'ਚੋਂ ਪਾਸ ਹੋ ਕੇ ਕਿੱਥੇ ਆਊਗੀ, ਕੰਪਰੈਸਰ ਦੇ ਇਨਲੈਟ 'ਤੇ। ਸੋ ਕੰਪਰੈਸਰ ਦਾ ਜਿਹੜਾ ਆਊਟਲੈਟ ਆ ਉਹ ਕਿਹਦੇ ਨਾਲ ਕਨੈਕਟ ਕੀਤਾ, ਇਨਟੇਕ ਮੈਨੀਫੋਲਡ ਦੇ ਨਾਲ। ਸੋ ਇਹ ਸਾਨੂੰ ਡਾਇਗ੍ਰਾਮ ਦੇ ਵਿੱਚ ਇੱਕ ਸਾਨੂੰ ਪਤਾ ਹੋਣਾ ਚਾਹੀਦਾ, ਟਰਬਾਈਨ ਦਾ ਇਨਲੈਟ ਕਿਹਨੂੰ ਕਹਿੰਦੇ ਆ, ਤਾਂ ਟਰਬਾਈਨ ਦਾ ਆਊਟਲੈਟ ਕਿਹਨੂੰ ਕਹਿੰਦੇ ਆ, ਕੰਪਰੈਸਰ ਦਾ ਇਨਲੈਟ ਕਿਹੜਾ ਹੁੰਦਾ ਅਤੇ ਕੰਪਰੈਸਰ ਦਾ ਆਊਟਲੈਟ ਕਿਹੜਾ ਹੁੰਦਾ। ਦੂਜਾ, ਇੱਕ ਟਰਬਾਈਨ ਹੋਜ਼ਿੰਗ ਹੁੰਦੀ ਜਿਹੜੀ ਬਾਹਰਲੀ ਬੋਡੀ, ਉਹਦੇ ਅੰਦਰ ਹੁੰਦਾ ਟਰਬਾਈਨ ਵੀਲ, ਇੱਦਾਂ ਹੀ ਕੰਪਰੈਸਰ ਦੀ ਹੋਜ਼ਿੰਗ ਹੁੰਦੀ ਬਾਹਰਲੀ, ਉਹਦੇ ਅੰਦਰ ਦਾ ਕੰਪਰੈਸਰ ਵੀਲ। ਸੋ ਦੋਵੇਂ ਜਿਹੜੇ ਵੀਲ ਆ, ਟਰਬਾਈਨ ਵੀਲ ਤੇ ਕੰਪਰੈਸਰ ਵੀਲ ਆ, ਇੱਕੋ ਹੀ ਸ਼ਾਫਟ ਦੇ ਨਾਲ ਅਟੈਚ ਹੁੰਦੇ ਆ, ਬਟ ਦੋਵਾਂ ਦੇ ਵਿੱਚ ਇੱਕ ਸੀਲ ਪਾਈ ਹੁੰਦੀ ਆ, ਜਿਹੜਾ ਤੁਹਾਡਾ ਨਾ ਤਾਂ ਟਰਬਾਈਨ ਵਾਲਾ ਜਿਹੜੀ ਐਗਜ਼ਾਸਟ ਗੈਸ ਕੰਪਰੈਸਰ ਵਾਲੇ ਪਾਸੇ ਜਾਊਗੀ, ਨਾ ਕੰਪਰੈਸਰ ਵਾਲੀ ਹਵਾ ਟਰਬਾਈਨ ਵਾਲੇ ਪਾਸੇ ਜਾਊਗੀ। ਇਹਦੇ ਵਿੱਚ ਇੱਕ ਸੀਲ ਪਾਈ ਹੁੰਦੀ ਆ ਜਿਹੜੀ ਦੋਵਾਂ ਦੇ ਵਿੱਚ ਦੀਵਾਰ ਦਾ ਕੰਮ ਕਰਦੀ ਹੈ ਬਿਲਕੁਲ।
ਪਰਦਾ ਪਾ ਦਿੰਦੀ ਆ। ਸੋ ਦੂਜਾ ਹੈਗਾ ਡੈਡੀ ਦਾ ਵੇਰੀਏਬਲ ਜਮੈਟਰੀ ਟਰਬੋ ਚਾਰਜਰ। ਸੋ ਵੇਰੀਏਬਲ ਜਿਹੜਾ ਡਾਇਗ੍ਰਾਮ ਵੇਖੋ ਕਿ ਜਿੱਦਾਂ ਤੁਹਾਡਾ ਲੋ ਪ੍ਰੈਸ਼ਰ ਟਰਬਾਈਨ ਇੱਕ ਹੁੰਦੀ ਆ ਹਾਈ ਪ੍ਰੈਸ਼ਰ ਟਰਬਾਈਨ। ਸੋ ਲੋ ਪ੍ਰੈਸ਼ਰ ਟਰਬਾਈਨ ਦੇ ਵਿੱਚ ਫਿਕਸਡ ਜਮੈਟਰੀ ਜਿਹੜੇ ਫਿਕਸਡ ਜਮੈਟਰੀ ਦਾ ਮਤਲਬ ਹੁੰਦਾ ਵੀ ਇੱਕ ਵੇਰੀਏਬਲ ਜਮੈਟਰੀ ਦਾ ਮਤਲਬ ਕੀ ਆ, ਜਮੈਟਰੀ ਤੋਂ ਕਹਿਣ ਦਾ ਭਾਵ ਕਿ ਜਿਹੜਾ ਰੋਟਰ ਦੇ ਅੰਦਰ ਬਲੇਡਸ ਲੱਗੇ ਆ, ਜਿਹੜੇ ਟਰਬਾਈਨ ਦੇ ਅੰਦਰ ਬਲੇਡਸ ਲੱਗੇ ਜਾਂ ਕੰਪਰੈਸਰ ਦੇ ਅੰਦਰ ਬਲੇਡਸ ਲੱਗੇ ਡੈਡੀ ਦਾ ਫਿਕਸਡ, ਉਹਨਾਂ ਦੀ ਪੋਜੀਸ਼ਨ ਨਹੀਂ ਚੇਂਜ ਹੋ ਸਕਦੀ, ਉਹ ਡੈਡੀ ਦਾ ਫਿਕਸਡ। ਸੋ ਵੇਰੀਏਬਲ ਦਾ ਕਹਿਣ ਦਾ ਭਾਵ ਕਿ ਜੇ ਜਮੈਟਰੀ ਨੂੰ ਵੇਰੀਏਬਲ ਕਰਤਾ, ਕਹਿਣ ਦਾ ਭਾਵ ਕਿ ਉਹਦੇ ਬਲੇਡਸ ਨੂੰ ਵੀ ਤੁਸੀਂ ਵੇਰੀਏਬਲ ਕਰ ਸਕਦੇ ਹੋ, ਬਲੇਡਸ ਦੀ ਐਸਪੈਕਟ ਰੇਸ਼ੋ ਚੇਂਜ ਕਰ ਸਕਦੇ ਹੋ, ਬਲੇਡਸ ਦੇ ਤੁਸੀਂ ਰੇਸ਼ੋ ਚੇਂਜ ਕਰ ਸਕਦੇ ਹੋ ਬਲੇਡਸ ਨੂੰ। ਜਿੱਦਾਂ ਤੁਸੀਂ ਵੇਖੋ ਆ ਡਾਇਗ੍ਰਾਮ ਦੇ ਵਿੱਚ ਆ ਕਿ ਡੈਡੀ ਦਾ ਲੋ ਪ੍ਰੈਸ਼ਰ ਟਰਬਾਈਨ, ਡੈਡੀ ਦਾ ਫਿਕਸ ਜਮੈਟਰੀ ਆ, ਜਦੋਂ ਲੋ ਪ੍ਰੈਸ਼ਰ ਟਰਬਾਈਨ ਦੇ ਵਿੱਚ ਐਗਜ਼ਾਸਟ ਗੈਸਿਸ ਆਉਣਗੀਆਂ, ਸਭ ਤੋਂ ਪਹਿਲਾਂ ਐਗਜ਼ਾਸਟ ਗੈਸਿਸ ਵੇਖੋ ਐਗਜ਼ਾਸਟ ਮੈਨੀਫੋਲਡ ਤੋਂ ਕਿੱਥੋਂ ਆਈਆਂ, ਹਾਈ ਪ੍ਰੈਸ਼ਰ ਟਰਬਾਈਨ। ਹਾਈ ਪ੍ਰੈਸ਼ਰ ਟਰਬਾਈਨ ਦੇ ਵਿੱਚ ਟਰਬਾਈਨ ਵੀਲ ਦੇ ਜਿਹੜੇ ਬਲੇਡ ਹੁੰਦੇ ਡੈਡੀ ਦਾ ਵੇਰੀਏਬਲ ਟਾਈਪ ਹੁੰਦੇ ਆ, ਕਿਉਂਕਿ ਹਵਾ ਪੈਣ ਦੇ ਨਾਲ ਉਹ ਬਲੇਡ ਹਿਲਦੇ ਆ, ਉਹਦੀ ਆਰ ਪੀ ਐਮ ਦੇ ਨਾਲ, ਲੋ ਆਰ ਪੀ ਐਮ ਤੇ ਹਾਈ ਆਰ ਪੀ ਐਮ ਦੇ ਨਾਲ ਬਲੇਡ ਦੇ ਵੇਰੀਏਬਲ, ਉਹਦੀ ਸਪੈਕਟ ਰੇਸ਼ੋ ਚੇਂਜ ਹੁੰਦੀ ਆ। ਸੋ ਜਦੋਂ ਹਾਈ ਟਰਬਾਈਨ ਚੋ ਐਗਜ਼ਾਸਟ ਗੈਸਿਸ ਪਾਸ ਹੁੰਦੀ ਆ ਤਾਂ ਲੋ ਪ੍ਰੈਸ਼ਰ ਟਰਬਾਈਨ ਚ ਆਈਦੀ ਆ, ਲੋ ਪ੍ਰੈਸ਼ਰ ਟਰਬਾਈਨ ਦੀ ਜਿਹੜੀ ਬਲੇਡਸ ਹੁੰਦੇ ਆ ਡੈਡੀ ਦਾ ਫਿਕਸ ਜਮੈਟਰੀ ਹੁੰਦੇ ਆ, ਸੋ ਜਿਹੜੀ ਗੈਸ ਐਗਜ਼ਾਸਟ ਗੈਸ ਡਿਸਚਾਰਜ ਹੋਈ, ਇੱਦਾਂ ਹੀ ਤੁਹਾਡਾ ਜਿਹੜਾ ਉੱਧਰ ਵੇਖੋ ਇਨਟੇਕ ਮੈਨੀਫੋਲਡ ਤੋਂ ਬਾਅਦ, ਸੋ ਇੰਟਰਕੂਲਰ ਲੱਗਾ ਹੋਇਆ, ਇੰਟਰਕੂਲਰ ਤੋਂ ਬਾਅਦ ਡੈਡੀ ਦੀ ਜਿਹੜੀ ਐਂਬੀਨੈਂਟ ਏਅਰ ਹੁੰਦੀ ਜਿਹੜੀ ਇਨਵਾਇਰਮੈਂਟ ਚੋਂ ਕੰਪਰੈਸਰ ਦੇ ਅੰਦਰ ਆਉਂਦੀ ਆ ਲੋ ਪ੍ਰੈਸ਼ਰ, ਕੰਪਰੈਸਰ ਦੇ ਵਿੱਚ ਫਿਰ ਜਾਂਦੀ ਹਾਈ ਪ੍ਰੈਸ਼ਰ, ਕੰਪਰੈਸਰ ਦੇ ਵਿੱਚ ਜਦੋਂ ਹਾਈ ਕੰਪਰੈਸਰ ਦੇ ਵਿੱਚੋਂ ਉਹਦਾ ਪ੍ਰੈਸ਼ਰ ਜ਼ਿਆਦਾ ਵੱਧ ਜਾਂਦਾ, ਫਿਰ ਅੱਗੇ ਲੱਗਾ ਹੁੰਦਾ ਇੰਟਰਕੂਲਰ, ਇੰਟਰਕੂਲਰ 'ਚ ਜਦੋਂ ਪਾਸ ਹੋ ਕੇ ਜਾਂਦੀ ਆ ਤੇ ਇਨਟੇਕ ਮੈਨੀਫੋਲਡ ਦੇ ਅੰਦਰ ਜਾਂਦੀ ਆ। ਸੋ ਇਨਟੇਕ ਮੈਨੀਫੋਲਡ ਦੇ ਅੰਦਰ ਕਿੱਧਰ ਜਾਂਦੀ ਆ, ਇਨਲੈਟ ਵਾਲਵ ਦੇ ਜ਼ਰੀਏ ਸਿਲੰਡਰ ਦੇ ਅੰਦਰ ਆਉਂਦੀ ਆ। ਸੋ ਲੇਆਊਟ ਆਫ ਟਰਬੋ ਚਾਰਜਰ ਦਾ ਤੁਸੀਂ ਪੜ੍ਹ ਸਕਦੇ ਆ, ਬਿਲਕੁਲ ਸਕਰੀਨ ਤੇ ਦੇਖ ਸਕਦੇ ਹੋ ਕਿ ਜਿੱਦਾਂ ਸਿਲੰਡਰ ਦਾ ਇੱਕ ਇਨਲੈਟ ਵਾਲਵ ਆ, ਇੱਕ ਐਗਜ਼ਾਸਟ ਵਾਲਵ ਆ। ਇਨਲੈਟ ਵਾਲਵ ਜਿਹੜਾ ਐਗਜ਼ਾਸਟ ਵਾਲਵ ਆ ਰੈੱਡ ਵਾਲੀ ਸਾਈਡ ਆ, ਜਿਹੜਾ ਇਨਲੈਟ ਵਾਲਵ ਆ ਡੈਡੀ ਦਾ ਬਲੂ ਵਾਲੀ ਸਾਈਡ ਆ। ਸੋ ਐਗਜ਼ਾਸਟ ਗੈਸਿਸ ਜਦੋਂ ਨਿਕਲਦੀਆਂ ਸਭ ਤੋਂ ਪਹਿਲਾਂ ਕਿੱਥੇ ਜਾਂਦੀਆਂ ਵਾ, ਐਗਜ਼ਾਸਟ ਮੈਨੀਫੋਲਡ ਦੇ ਵਿੱਚ। ਸੋ ਜਦੋਂ ਐਗਜ਼ਾਸਟ ਮੈਨੀਫੋਲਡ ਤੋਂ ਗੈਸਿਸ ਜਾਣਗੀਆਂ, ਡੈਡੀ ਦਾ ਟਰਬਾਈਨ ਵੀਲ, ਟਰਬੋ ਚਾਰਜਰ ਦੇ ਟਰਬਾਈਨ ਵੀਲ ਘੁੰਮੂਗਾ, ਟਰਬਾਈਨ ਵੀਲ ਘੁੰਮੂਗਾ ਤਾਂ ਇੱਕੋ ਸ਼ਾਫਟ ਦੇ ਨਾਲ ਲੱਗਾ ਕੰਪਰੈਸਰ ਵੀਲ। ਸੋ ਕੰਪਰੈਸਰ ਕਿੱਥੋਂ, ਜਿਹੜਾ ਐਂਬੀਨੈਂਟ ਏਅਰ ਲੈਂਦਾ, ਏਅਰ ਕਲੀਨਰ ਲੱਗਾ ਹੁੰਦਾ ਉਹਦੇ ਅੱਗੇ, ਏਅਰ ਕਲੀਨਰ 'ਚ ਹਵਾ ਸਾਫ਼ ਸੂਫ ਹੋ ਕੇ ਕਿੱਧਰ ਜਾਂਦੀ ਆ, ਕੰਪਰੈਸਰ ਦੇ ਅੰਦਰ। ਸੋ ਕੰਪਰੈਸਰ ਦੇ ਅੰਦਰ ਜਦੋਂ ਹਵਾ ਪਾਸ ਹੁੰਦੀ ਆ ਤਾਂ ਉਹਦਾ ਡੈਂਸਿਟੀ, ਉਹਦਾ ਪ੍ਰੈਸ਼ਰ ਵੱਧ ਜਾਂਦਾ, ਫਿਰ ਉਹ ਹਵਾ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਵੱਧ ਜਾਂਦਾ। ਆਪਾਂ ਤਦੇ ਪੜ੍ਹਨਾ ਅਗਲਾ ਇੰਟਰਕੂਲਰ ਦਾ ਕੰਮ ਕੀ ਆ। ਸੋ ਕੰਪਰੈਸਡ ਏਅਰ ਜਦੋਂ ਇੰਟਰਕੂਲਰ 'ਚ ਪਾਸ ਹੁੰਦੀ ਆ ਤਾਂ ਫਿਰ ਇਨਟੇਕ ਮੈਨੀਫੋਲਡ 'ਚ ਆਉਂਦੀ ਹੈ, ਇਨਟੇਕ ਮੈਨੀਫੋਲਡ ਤੋਂ ਹੋ ਕੇ ਫਿਰ ਇਨਲੈਟ ਵਾਲਵ ਖੁੱਲਦਾ, ਇਨਲੈਟ ਵਾਲਵ ਖੁੱਲਦਾ ਅਤੇ ਸਾਰਾ ਮਿਕਸਚਰ ਜਿਹੜਾ ਸਿਲੰਡਰ ਦੇ ਅੰਦਰ ਆਏਗਾ। ਸੋ ਵੇਖੋਗੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟਰਬਾਈਨ ਦਾ ਇੱਕ ਇਨਲੈਟ ਪੁਆਇੰਟ ਦੇਖ ਸਕਦੇ ਹੋ ਅਤੇ ਟਰਬਾਈਨ ਦਾ ਆਊਟਲੈਟ। ਇਨਲੈਟ ਕਿਹਦੇ ਨਾਲ ਜੁੜਿਆ ਵਾ, ਐਗਜ਼ਾਸਟ ਮੈਨੀਫੋਲਡ ਦੇ ਨਾਲ। ਟਰਬਾਈਨ ਦਾ ਆਊਟਲੈਟ ਕਿਹਦੇ ਨਾਲ ਆ, ਸੈਲੈਂਸਰ, ਅੱਗੇ ਸੈਲੈਂਸਰ ਲੱਗਾ ਹੋਇਆ। ਸੋ ਇੱਦਾਂ ਹੀ ਕੰਪਰੈਸਰ ਦਾ ਇਨਲੈਟ ਪੁਆਇੰਟ ਆ ਤੁਹਾਡਾ ਏਅਰ ਕਲੀਨਰ ਵਾਲੀ ਸਾਈਡ 'ਤੇ ਜੁੜਿਆ, ਅਤੇ ਕੰਪਰੈਸਰ ਦਾ ਆਊਟਲੈਟ ਜਿਹੜਾ ਵਾ ਉਹ ਉਹਦੇ ਅੱਗੇ ਲੱਗਾ ਹੈ ਇੰਟਰਕੂਲਰ ਲੱਗਾ, ਇੰਟਰਕੂਲਰ ਤੋਂ ਅੱਗੇ ਲੱਗਾ ਇਨਟੇਕ ਮੈਨੀਫੋਲਡ, ਇਨਟੇਕ ਮੈਨੀਫੋਲਡ ਤੋਂ ਅੱਗੇ ਲੱਗਾ ਇਨਲੈਟ ਵਾਲਵ, ਇਨਲੈਟ ਦੁਬਾਰਾ ਤੋਂ ਅੱਗੇ ਲੱਗਾ ਸਿਲੰਡਰ। ਸੋ ਪ੍ਰੈਕਟੀਕਲੀ ਜੇ ਥੋੜ੍ਹੀ ਜਿਹੀ ਇਹਦੀ ਸਰਵਿਸ ਦੀ ਗੱਲ ਕਰੀਏ ਤਾਂ ਟਰਬੋ ਚਾਰਜਰ ਦੀ ਕੀ ਸਰਵਿਸ ਕਰਦੀ ਹੈ, ਟਰਬੋ ਚਾਰਜਰ ਦੇ ਜਿਹੜੇ ਬਾਹਰਲੇ ਹਿੱਸੇ ਹੁੰਦੇ ਉਹਨੂੰ ਸਾਫ਼ ਕਰਨ ਅਤੇ ਚੈੱਕ ਕਰਨਾ, ਆਪਣਾ ਗਿਆਨ ਇੰਦਰੀ ਜਿਹੜੇ ਸਰੀਰ ਦੇ ਆ, ਜਿਹੜੀ ਅੱਖਾਂ ਵਾ ਉਹਦੇ ਨਾਲ ਚੈੱਕ ਕਰਨਾ ਕਿਤੇ ਤਰੇੜ ਕਿਤੇ ਕਰੈਕ ਤਾਂ ਨਹੀਂ ਉਹਦੀ ਬੋਡੀ ਨੂੰ ਪਿਆ। ਬਾਹਰਲੇ ਹਿੱਸੇ ਤੁਹਾਨੂੰ ਦੱਸਿਆ ਕਿ ਟਰਬਾਈਨ ਦਾ, ਟਰਬਾਈਨ ਵੀਲ ਦਾ ਬਾਹਰਲਾ ਹਿੱਸਾ ਟਰਬਾਈਨ ਹੋਜ਼ਿੰਗ ਆ, ਅਤੇ ਕੰਪਰੈਸਰ ਵੀਲ ਦਾ ਬਾਹਰਲਾ ਹਿੱਸਾ ਕੀ ਆ, ਕੰਪਰੈਸਰ ਹੋਜ਼ਿੰਗ। ਸੋ ਉਹਦੀ ਹੋਜ਼ਿੰਗ ਚੈੱਕ ਕਰਨੀ, ਕਿਤੇ ਉਹਦੇ ਉੱਤੇ ਵਿੱਚ ਕੋਈ ਕਰੈਕ ਤਾਂ ਨਹੀਂ ਪਿਆ, ਕੋਈ ਤਰੇੜ ਤਾਂ ਨਹੀਂ ਪਈ, ਚੈੱਕ ਕਰ ਲੈਣਾ। ਸੋ ਟਰਬੋ ਚਾਰਜਰ ਦੇ ਜਿਹੜੇ ਬਾਹਰਲੇ ਹਿੱਸੇ ਹੈਗੇ, ਜਿਹੜੇ ਉਹਦੀ ਹੋਜ਼ਿੰਗ ਹੈਗੀ ਆ, ਟਰਬਾਈਨ ਹੋਜ਼ਿੰਗ ਜਾਂ ਕੰਪਰੈਸਰ ਹੋਜ਼ਿੰਗ, ਉਹਨੂੰ ਮਿੱਟੀ ਦੇ ਤੇਲ ਦੇ ਨਾਲ ਸਾਫ਼ ਕਰਨਾ, ਬ੍ਰਸ਼ਸ ਦੇ ਨਾਲ ਲੈ ਕੇ ਉਹਦੀ ਕਾਰਬਨ ਕੁਰਬਨ ਜਿਹੜੀ ਹੈਗੀ, ਕਿਉਂਕਿ ਵੇਖੋ ਟਰਬਾਈਨ ਵੀਲ ਦੇ ਵਿੱਚ ਤਾਂ ਐਗਜ਼ਾਸਟ ਗੈਸ ਹੀ ਚੱਲ ਜਾਂਦੀ ਅੰਦਰ। ਸੋ ਐਗਜ਼ਾਸਟ ਗੈਸ ਦੇ ਵਿੱਚ ਹਾਈਡਰੋਕਾਰਬਨਸ ਹੁੰਦੇ ਆ, ਕਈ ਗੈਸਿਸ ਹੁੰਦੀ ਆ, ਉਹਦੇ ਨਾਲ ਉਹ ਕਾਰਬਨ ਜੰਮ ਜਾਂਦੀ ਆ। ਸੋ ਕਾਰਬਨ ਨੂੰ ਬਾਹਰ ਬ੍ਰਸ਼ ਦੇ ਨਾਲ ਲੈ ਕੇ ਉਹਦੇ ਰੋਟਰ ਸਾਫ਼ ਕਰ ਲੈਣੇ, ਉਹਦੀ ਉਹਦੀ ਬਾਹਰਲੀ ਹਾਊਸਿੰਗ ਸਾਫ਼ ਕਰਨੀ ਚੰਗੀ ਤਰ੍ਹਾਂ, ਉਹਦੇ ਜਿਹੜੇ ਇੰਪੈਲਰਸ ਆ, ਉਹਦੇ ਬਲੇਡ ਆ, ਚੰਗੇ ਮਿੱਟੀ ਦੇ ਤੇਲ ਦੇ ਨਾਲ ਬਾਹਰ ਬ੍ਰਸ਼ ਦੇ ਨਾਲ ਹਾਈ ਪ੍ਰੈਸ਼ਰ ਦੇ ਨਾਲ ਲੈ ਕੇ ਸਾਫ਼ ਕਰ ਲੈਣੇ। ਸੋ ਉਸ ਤੋਂ ਬਾਅਦ ਜਿਹੜਾ ਟਰਬੋ ਚਾਰਜਰ ਦੇ ਵਿੱਚ ਜਿਹੜਾ ਰੋਟਰ ਹੁੰਦਾ, ਉਹਦੇ ਉੱਤੇ ਇੱਕ ਓਇਲ ਰਿੰਗ ਹੁੰਦੀ ਹੈ, ਇੱਕ ਥਰਸਟ ਵਾਸ਼ਰ ਹੁੰਦੀ ਹੈ, ਇਹਨੂੰ ਬਿਲਕੁਲ ਚੈੱਕ ਕਰਨਾ ਕਿ ਤੁਹਾਡੀ ਜਿਹੜੀ ਓਇਲ ਰਿੰਗ ਬਿਲਕੁਲ ਸਹੀ ਹੈ ਜਾਂ ਥਰਸਟ ਵਾਸ਼ਰ ਬਿਲਕੁਲ ਪ੍ਰੋਪਰ ਆ।
ये अपना चेक कर लेना। उस तो बाद टर्बो चार्जर की बेयरिंग जी, बेयरिंग ते शाफ्ट की प्ले चेक करनी। सो डायल इंडिकेटर गेज होंगी है जिदे नाल तुसीं बेयरिंग दी ओ शाफ्ट दी शाफ्ट चेक कर सकते। बेंड तो नहीं हैगी, उहदा रन आउट चेक कर लेना। बिल्कुल एकदम प्रॉपर सीधी होनी चाहिए है, टेढ़ी मेढ़ी नहीं होनी चाहिए। दूजा तो रन आउट चेक कर लेना बिल्कुल, जे टेढ़ी होगी तो वह बिल्कुल अलाइनमेंट उहदी प्रॉपर चेक कर लेनी, उहदी बेयरिंग्स चेक कर लेने। सो उस तो बाद इन्होंने जिदा इन्हों टर्बो चार्जर के पार्ट्स नूं खोलिया उदा ही प्रॉपर विधि अनुसार इन्हों दोबारा इन्हों फिट कर लेना। सो उस तो अगे लास्ट टॉपिक अपना हैगा डैडी का इंटरकूलर और एयर चार्जर कूलर, जा इन्हों इंटरकूलर कह लो जा इन्हों एयर चार्जर कूलर कह लो, CAC। इन्हों शॉर्ट फुल फॉर्म पेपर के पुत्र आती होंगी है, सारे सिख्यार्थी नोट कर लियो CAC। CAC का मतलब होंगे चार्ज एयर कूलर, चार्ज एयर कूलर। बाई मिस्टेक मेरे तो लिखा गया एयर चार्ज कूलर, डैडी का चार्ज एयर कूलर या इंटरकूलर, नाम सेम आ, कोई डिफरेंस नहीं है। सो भाव की दी लोकेशन पहला आप वेखना कि लगा कितने होंगे इंटरकूलर। सो ये कंप्रेसर ते इनटेक मैनीफोल्ड दे विचकार लगा होंगे। मैं हुण तुहानूं दस्सिया कि जिदा टर्बो चार्जर का जिहड़ा कंप्रेसर आ, मैं दस्सा टर्बो चार्जर का जिहड़ा कंप्रेसर उहदा एक इनलेट पॉइंट है, एक उहदा आउटलेट पॉइंट आ। जिहड़ा टर्बो चार्जर का कंप्रेसर का आउटलेट पॉइंट आ, उह किहदे नाल जुड़िया इंटरकूलर दे नाल। सो ये कंप्रेसर ते इनटेक मैनीफोल्ड दे विचकार लगा होंदा इंटरकूलर। सो तुसीं मारुति सुजुकी दी ब्रीजा गड्डी दे विच देखोगे तां पार्ट्स किदां दा, जे इहनूं देखणा होए प्रैक्टिकली तां किदां दा इहदा आकार आ। आ वेखो थले सिल्वर कलर दा, एक तरह दा रेडिएटर दी टाइप दा ही हुंदा है। सो इहदा कम्म की है कि जदों हुण वेखो वी इहदा कम्म सानूं हुण इंटरकूलर क्यों लाउणा पै गया। सो इहदा कम्म हैगा कि जदों तुहाडी कंप्रैसर दे विचों टर्बो चार्जर जो चलता वा, टर्बो चार्जर दे जो कंप्रेसर व्हील चलता, कंप्रेसर व्हील जो हवा खिंचदा वा बाहर एनवायरमेंट दे विच, जो हवा नूं कंप्रेस कर दिंदा तां प्रेशर ते इहदा तापमान बहुत ज्यादा वध जांदा। सो इन्ना क ज्यादा तापमान ते उहदी हवा दा प्रेशर वध जांदा कि जे उह ज्यादा तापमान ते प्रेशर वाली हवा डायरैक्ट बिना इंटरकूलर तों सिलेंडर दे अंदर भेजदी है, ते जिहड़ा हवा ते तेल दा जिहड़ा मिश्रण हुंदा उहनूं पहलों ही अग लग जांदी आ समय तों पहलों, जिहनूं नॉकिंग बोलदे जां डेटोनेशन बोलदे। सो ऑटोमोबाइल सेक्टर दे विच जिन्हों नॉकिंग बोलते जां डेटोनेशन जिन्हों बोलते प्री इग्निशन, कि आपां जो टाइमिंग सी, जो वाल्व दी टाइमिंग सी कि कदों फायरिंग ऑर्डर दे अकॉर्डिंग कदों किन्ने डिग्री ते किन्ने समय दे वाल मतलब अग लगनी चाहीदी, अग पहलों ही लग जाती है जे इंटरकूलर नहीं लाया होगा। जे कंप्रेसर दे विचों ज्यादा तापमान ते ज्यादा हाई प्रेशर वाली हवा डायरैक्ट बिना इंटरकूलर तो अंदर भेज दी सिलेंडर दे, तां तुहानूं डोंकिंग जां डेटोनेशन की प्रॉब्लम आ सकती है, तुहाडा जिहड़ा प्री इग्निशन हो सकती। प्री इग्निशन का मतलब कि समय तो पहलों ही अग लग सकती मिश्रण नूं। सो इस तरह ना होने लई इंटरकूलर लगा हुंदा, एक तरह का रेडिएटर की तरह ही काम करता, इहदे विच फिन्स लगिया हुंदियां वा, जिदां तुहाडा एसी घरां दे विच आपां विंडो एसी लाए हुंदे आ जां स्प्लिट एसी, उहदे विच बाहरली साइड ते कंडेंसर हुंदा। सो रेडिएटर देखिया होगा गड्डियां दे विच, सो उहदे दी तरह इहदे विच फिन्स लगियां हुंदियां वा, जिहड़ा जदों हवा इहदे विच पास करदी आ, जदों कंप्रेसर दे विचों हवा आउंदी आ तां पहलों इंटरकूलर दे विचों जाऊगी, इंटरकूलर दे विचों जदों हवा लंघूगी तां फिन्स दे विच, फिन्स नूं हवा बाहरों वजदी आ, बाहरली हवा वजदी तां जिहड़ी अंदर जिहड़ी गर्म हवा पास करदी आ, उहदी जिहड़ी गर्म हवा वा जिहड़ी उह बाहरली हवा नाल मिक्स हो के उह ठंडी हो जांदा। सो जदों वो ठंडी हो जाती है हवा के जो पास करूगी तो उसका तापमान थोड़ा जहा ठंडा हो जाता, क्योंकि ठंडी हवा ज्यादा संघनी होंगी है। एक याद रख लो गल कि जी जी कूल एयर होगी वो ज्यादा डेंसड होगी, डेंसड मतलब संघनी होगी, तो डेंसिटी ज्यादा होगी, जी गर्म हवा होंगी है डेंसिटी घट होंगी है। सो ये इंटरकूलर ता ही लाया होंगे कि जो ये हवा पास करूगी जी कंप्रैसर के उत्तों, कंप्रैसर के आउटलेट विचों आती है, जो ये पास करती है तो वो ਇਹਦੇ ਵਿੱਚੋਂ ਉਹਦਾ ਤਾਪਮਾਨ ਥੋੜ੍ਹਾ ਜਿਹਾ ਠੰਡਾ ਹੋ ਜਾਂਦਾ, ਉਹਦੀ ਜ਼ਿਆਦਾ ਕਿਉਂਕਿ ਠੰਡੀ ਹਵਾ ਜ਼ਿਆਦਾ ਸੰਘਣੀ ਹੁੰਦੀ ਆ, ਉਹਦੇ ਵਿੱਚ ਆਕਸੀਜਨ ਦੀ ਮਾਤਰਾ ਜ਼ਿਆਦਾ ਹੋਊਗੀ। ਸੋ ਜਦੋਂ ਤੇਲ ਦੇ ਹਵਾ ਦੇ ਮਿਸ਼ਰਣ ਪੂਰੀ ਤਰ੍ਹਾਂ ਅੱਗ ਲੱਗਦੀ ਹੈ ਤੇ ਗਰਮ ਹਵਾ ਘੱਟ ਸੰਘਣੀ ਹੁੰਦੀ ਆ, ਜਿਸ ਨਾਲ ਆਕਸੀਜਨ ਦੀ ਮਾਤਰਾ ਘੱਟ ਹੁੰਦੀ ਆ, ਜਿਸ ਨਾਲ ਮਿਸ਼ਰਣ ਪੂਰੀ ਤਰ੍ਹਾਂ ਅੱਗ ਨਹੀਂ ਲੱਗਦੀ, ਕਿਉਂਕਿ ਸਿਲੰਡਰ ਦੇ ਅੰਦਰ ਪ੍ਰੋਪਰ ਹਵਾ ਜਾਣੀ ਚਾਹੀਦੀ ਆ। ਜੇ ਆਕਸੀਜਨ ਪ੍ਰੋਪਰ ਹੋਊਗੀ, ਕਿਉਂਕਿ ਅੱਗ ਲੱਗਣ ਵਾਸਤੇ ਤਿੰਨ ਚੀਜ਼ਾਂ ਹੁੰਦੀਆਂ, ਫਾਇਰ ਟ੍ਰਾਇੰਗਲ ਜਿਹੜੀ ਹੁੰਦੀ ਆ, ਇੱਕ ਆਕਸੀਜਨ ਹੋਣੀ ਜ਼ਰੂਰੀ ਆ,
ਦੂਜਾ ਤੁਹਾਡਾ ਫਾਇਰ ਆਪਣਾ, ਤਿੰਨ ਚੀਜ਼ਾਂ ਹੁੰਦੀਆਂ। ਇੱਕ ਫਾਇਰ, ਮੈਂ ਤੁਹਾਨੂੰ ਅਗਲੀ ਸਲਾਈਡ 'ਚ ਦੱਸਦਾ ਕਿ ਜੇ ਇੰਟਰਕੂਲਰ ਦੇ ਵਿੱਚ, ਕਿ ਜੇ ਇੰਟਰਕੂਲਰ ਨਹੀਂ ਲੱਗਾ ਹੋਊਗਾ ਤਾਂ ਤੁਹਾਡੀ ਜਿਹੜੀ ਆ ਗਰਮ ਹਵਾ ਅੰਦਰ ਜਾਊਗੀ। ਜੇ ਗਰਮ ਹਵਾ ਜ਼ਿਆਦਾ ਅੰਦਰ ਜਾਊਗੀ ਤਾਂ ਗਰਮ ਹਵਾ ਜਿਹੜੀ ਘੱਟ ਡੈਂਸਿਟੀ ਹੁੰਦੀ ਹੈ, ਘੱਟ ਸੰਘਣੀ ਹੁੰਦੀ ਹੈ। ਜੇ ਘੱਟ ਸੰਘਣੀ ਹੋਊਗੀ ਤਾਂ ਉਹਦੇ ਅੰਦਰ ਆਕਸੀਜਨ ਘੱਟ ਹੋਊਗੀ। ਜੇ ਆਕਸੀਜਨ ਅੰਦਰ ਘੱਟ ਹੋਊਗੀ ਤਾਂ ਅੱਗ ਘੱਟ, ਅੱਗ ਜਿਹੜਾ ਮਿਸ਼ਰਣ ਹੁੰਦਾ ਉਹਨੂੰ ਅੱਗ ਲੱਗਣ 'ਚ ਪ੍ਰੋਬਲਮ ਆਊਗੀ। ਸੋ ਮਿਸ਼ਰਣ ਨੂੰ ਅੱਗ ਉਦੋਂ ਲੱਗਣੀ ਜੇ ਆਕਸੀਜਨ ਪੂਰੀ ਪ੍ਰੋਪਰ ਮਾਤਰਾ 'ਚ ਅੰਦਰ ਜਾਊਗੀ। ਸੋ ਹਵਾ ਨੂੰ ਜ਼ਿਆਦਾ ਪਹੁੰਚਾਉਣੀ, ਹਵਾ ਤੇ ਸੰਘਣੀ ਪਹੁੰਚਾਉਣੀ ਆ, ਸੋ ਉਹਦੇ ਵਾਸਤੇ ਇੰਟਰਕੂਲਰ ਲੱਗਾ ਹੁੰਦਾ। ਸੋ ਇੰਟਰਕੂਲਰ ਦੀ ਜੇ ਤੁਸੀਂ ਦੇਖੋ ਤਾਂ ਇਹਦਾ ਵਰਕਿੰਗ ਡਾਇਗ੍ਰਾਮ ਕੀ ਆ, ਕਿ ਜਿੱਦਾਂ ਇੰਜਨ ਵਾਲੀ ਸਾਈਡ ਦੀ ਗੱਲ ਕਰੀਏ ਤਾਂ ਇੰਜਨ ਵਾਲੀ ਸਾਈਡ ਦੇ ਇਨਲੈਟ ਵਾਲਵ ਲੱਗਾ ਹੁੰਦਾ, ਇੱਕ ਆਊਟਲੈਟ ਵਾਲਵ ਲੱਗਾ ਹੁੰਦਾ। ਸੋ ਇਨਲੈਟ ਵਾਲਵ ਜਿਹੜਾ ਵਾ, ਇਨਲੈਟ ਵਾਲਵ ਦੇ ਜ਼ਰੀਏ ਜਦੋਂ ਹਵਾ, ਦੇਖੋ ਪਹਿਲਾਂ ਟਰਬੋ ਚਾਰਜਰ ਲੱਗਾ ਹੁੰਦਾ, ਟਰਬੋ ਚਾਰਜਰ ਦਾ ਜਿਹੜਾ ਐਗਜ਼ਾਸਟ ਗੈਸ ਦੇ ਨਾਲ ਚੱਲਦਾ, ਐਗਜ਼ਾਸਟ ਗੈਸ ਦੇ ਨਾਲ ਟਰਬਾਈਨ ਚੱਲਦੀ, ਟਰਬਾਈਨ ਦੇ ਨਾਲ ਇੱਕੋ ਸ਼ਾਫਟ ਤੇ ਕੰਪਰੈਸਰ ਚੱਲਦਾ। ਕੰਪਰੈਸਰ ਵੀ ਜਦੋਂ ਚੱਲਦਾ ਉਹ ਹਵਾ ਬਾਹਰੋਂ ਇਨਵਾਇਰਮੈਂਟ ਚੋਂ ਲੈ ਲੈਂਦਾ। ਸੋ ਇਨਵਾਇਰਮੈਂਟ ਚੋਂ ਜਿਹੜੀ ਹਵਾ ਲੈਂਦੀ ਉਹਨੂੰ ਜ਼ਿਆਦਾ ਕੰਪਰੈਸ ਕਰਕੇ ਕਿਹਦੇ ਵਿੱਚ ਭੇਜ ਦੇਣਾ, ਇੰਟਰਕੂਲਰ ਦੇ ਵਿੱਚ। ਸੋ ਇੰਟਰਕੂਲਰ ਦੇ ਜਦੋਂ ਅੰਦਰ ਦਾਖਲ ਹੁੰਦੀ ਆ ਤਾਂ ਹਵਾ ਜਿਹੜੀ ਆ ਉਹ ਕੂਲ ਹੋ ਜਾਂਦੀ ਆ, ਕੂਲ ਹੋਣ ਦੇ ਨਾਲ ਉਹਦੀ ਡੈਂਸਿਟੀ ਵੱਧ ਜਾਂਦੀ ਆ। ਸੋ ਵੱਧ ਡੈਂਸਿਟੀ ਵਾਲੀ ਜਿਹੜੀ ਹਵਾ ਜਦੋਂ ਸਿਲੰਡਰ ਦੇ ਅੰਦਰ ਜਾਂਦੀ ਆ, ਉਹਦੀ ਆਕਸੀਜਨ ਮਾਤਰਾ ਪੂਰੀ ਪ੍ਰੋਪਰ ਹੁੰਦੀ ਆ, ਉਹਦੇ ਨਾਲ ਜਿਹੜੀ ਆ ਪ੍ਰੋਪਰ ਜਿਹੜਾ ਫਿਊਲ ਬਰਨ ਹੁੰਦਾ। ਸੋ ਇੱਕ ਤੁਹਾਨੂੰ ਦੱਸਣਾ ਸੀ ਕਿ ਜਿਹੜਾ ਅੱਗ ਲੱਗਣ ਵਾਸਤੇ, ਜਿਹੜਾ ਅੱਗ ਲੱਗਣ ਵਾਸਤੇ ਤੇਲ ਦਾ ਭਾਵ, ਕਿ ਜਿਹੜਾ ਅੱਗ ਲੱਗਣ ਵਾਸਤੇ ਤਿੰਨ ਚੀਜ਼ਾਂ ਜ਼ਰੂਰੀ ਹੈ, ਇੱਕ ਆਕਸੀਜਨ, ਇੱਕ ਫਿਊਲ, ਇੱਕ ਹੀਟ। ਸੋ ਕਿਸੇ ਵੀ ਚੀਜ਼ ਨੂੰ ਅੱਗ ਲੱਗਣ ਵਾਸਤੇ ਤਿੰਨ ਚੀਜ਼ਾਂ ਜ਼ਰੂਰੀ ਹੈ। ਇੱਦਾਂ ਹੀ ਜੇ ਤੇਲ ਦਾ ਭਾਵ ਹੈ ਕਿ ਜਿਹੜਾ ਇੰਜਨ ਸਿਲੰਡਰ ਦੇ ਵਿੱਚ ਹਵਾ ਨਾਲ ਮਿਲ ਕੇ ਜਲਦਾ ਵਾ ਅਤੇ ਪਾਵਰ ਪੈਦਾ ਕਰਦਾ ਹੈ, ਇਹ ਫਿਊਲ ਤੁਹਾਡਾ ਤਰਲ ਵੀ ਹੋ ਸਕਦਾ, ਠੋਸ ਵੀ ਹੋ ਸਕਦਾ, ਗੈਸ ਦੇ ਰੂਪ ਵਿੱਚ ਵੀ ਹੋ ਸਕਦਾ। ਸੋ ਇੰਜਨ ਅੰਦਰ ਅੱਗ ਲੱਗਣ ਲਈ ਤਿੰਨ ਚੀਜ਼ਾਂ ਦੀ ਲੋੜ ਆ। ਇਹਨਾਂ ਤਿੰਨਾਂ ਵਿੱਚੋਂ ਕੈਮੀਕਲ ਰਿਐਕਸ਼ਨ ਹੁੰਦਾ ਆਪਸ ਵਿੱਚ, ਇੱਕ ਹਵਾ, ਦੂਜਾ ਫਿਊਲ, ਤੀਜਾ ਤਾਪਮਾਨ ਜਾਂ ਤਪਸ਼। ਸੋ ਆਕਸੀਜਨ, ਹੀਟ ਐਂਡ ਫਿਊਲ, ਤਿੰਨਾਂ ਦੇ ਵਿੱਚ ਜੇ ਕੈਮੀਕਲ ਰਿਐਕਸ਼ਨ ਹੋਊਗਾ ਤਾਂ ਫਾਇਰ ਪੈਦਾ ਹੋਊਗੀ। ਸੋ ਇੰਜਨ ਦੇ ਸਿਲੰਡਰ ਅੰਦਰ ਫਾਇਰ ਪੈਦਾ ਹੁੰਦੀ ਆ, ਫਾਇਰ। ਸੋ ਅੱਗ ਕਿੱਦਾਂ ਪੈਦਾ ਹੁੰਦੀ ਆ? ਸੋ ਅੱਗ ਪੈਦਾ ਕਰਨ ਵਾਸਤੇ ਇੰਜਨ ਦੇ ਅੰਦਰ ਹਵਾ ਜਾਂਦੀ ਆ ਤੇ ਫਿਊਲ ਜਾਂਦਾ। ਸੋ ਹਵਾ ਦੇ ਵਿੱਚ ਆਕਸੀਜਨ ਹੁੰਦੀ ਆ, ਫਿਊਲ ਦੇ ਵਿੱਚ, ਫਿਊਲ ਤੁਹਾਡਾ ਪੈਟਰੋਲ ਵੀ ਹੋ ਸਕਦਾ, ਡੀਜ਼ਲ, ਐਲਪੀਜੀ, ਸੀਐਨਜੀ। ਸੋ ਤਾਪਮਾਨ ਪੈਦਾ ਹੁੰਦਾ ਜਦੋਂ ਹਵਾ ਨੂੰ ਕੰਪਰੈਸ ਕਰੀਦਾ। ਤੀਜੀ ਚੀਜ਼ ਜਿਹੜਾ ਵਾ ਤਾਪਮਾਨ ਜਾਂ ਤਪਸ਼, ਜਿਹੜੀ ਹੀਟ ਕਿੱਦਾਂ ਪੈਦਾ ਹੁੰਦੀ, ਜਦੋਂ ਹਵਾ ਨੂੰ ਅੰਦਰ ਸਿਲੰਡਰ ਦੇ ਅੰਦਰ ਜਦੋਂ ਕੰਪਰੈਸ਼ਨ ਸਟ੍ਰੋਕ ਚੱਲਦਾ ਵਾ, ਪਿਸਟਨ TDC ਨੂੰ BDC ਜਦੋਂ ਸੈਕਸ਼ਨ ਹੁੰਦੀ ਆ, ਜਦੋਂ ਕੰਪਰੈਸ਼ਨ ਹੁੰਦੀ, ਜਦੋਂ ਪਿਸਟਨ ਤੁਹਾਡਾ ਬੋਟਮ ਡੈਡ ਸੈਂਟਰ ਤੋਂ ਟੋਪ ਡੈਡ ਸੈਂਟਰ ਨੂੰ ਜਾਂਦਾ ਤਾਂ ਤਾਪਮਾਨ, ਉਹ ਤਪਸ਼ ਪੈਦਾ ਕਰਦਾ, ਹੀਟ। ਸੋ ਵੇਖੋ ਕਿ ਇੰਜਨ ਦੇ ਅੰਦਰ ਹਵਾ ਤਾਂ ਚੱਲ ਗਈ, ਆਕਸੀਜਨ, ਜਦੋਂ ਡੀਜ਼ਲ ਗੱਡੀ ਦੀ ਗੱਲ ਕਰੀਏ ਤਾਂ ਉਹਦਾ ਇਨਲੈਟ ਵਾਲਵ ਖੁੱਲਦਾ ਤਾਂ ਆਕਸੀਜਨ ਅੰਦਰ ਆ ਗਈ। ਬਟ ਫਿਊਲ ਵੀ, ਚਲੋ ਸਪੋਜ ਕਰੋ ਜਿਹੜਾ ਫਿਊਲ ਉੱਤੇ ਲੱਗਾ ਵਾ, ਇੰਜੈਕਟਰ ਲੱਗਾ, ਫਿਊਲ ਵੀ ਸਪਰੇਅ ਹੋ ਗਿਆ, ਬਟ ਤੀਜੀ ਚੀਜ਼ ਚਾਹੀਦੀ ਤਪਸ਼, ਜਿਹੜੀ ਹੀਟ। ਜੇ ਇੰਜਨ ਦੇ ਅੰਦਰ ਹੀਟ ਨਹੀਂ ਪੈਦਾ ਹੋਊਗੀ ਤਾਂ ਵੀ ਅੱਗ ਨਹੀਂ ਲੱਗਣੀ। ਸੋ ਤਿੰਨ ਚੀਜ਼ਾਂ ਇੰਜਨ ਦੇ ਅੰਦਰ ਅੱਗ ਲੱਗਣ ਲਈ ਸਭ ਤੋਂ ਜ਼ਰੂਰੀ ਆ, ਹਵਾ, ਫਿਊਲ, ਤਾਪਮਾਨ ਜਾਂ ਤਪਸ਼। ਸੋ ਆਕਸੀਜਨ, ਫਿਊਲ ਐਂਡ ਹੀਟ। ਸੋ ਤਿੰਨੇ ਚੀਜ਼ਾਂ ਦੇ ਵਿੱਚ ਜੇ ਕੈਮੀਕਲ ਰਿਐਕਸ਼ਨ ਹੋਊਗਾ ਤਾਂ ਅੱਗ ਲੱਗਣੀ, ਫਾਇਰ ਪੈਦਾ ਹੋਣੀ ਆ। ਸੋ ਕਹਿਣ ਦਾ ਭਾਵ ਕਿ ਜਿਹੜਾ ਟਰਬੋ ਚਾਰਜਰ ਦੀ ਗੱਲ ਕੀਤੀ ਜਾਂ ਸੁਪਰ ਚਾਰਜਰ ਦੀ ਗੱਲ ਕੀਤੀ, ਇਹਦੇ ਵਿੱਚ ਪਹਿਲਾ ਫੈਕਟਰ ਜਿਹੜਾ ਹੈਗਾ ਹਵਾ। ਸੋ ਹਵਾ ਨੂੰ ਅੰਦਰ ਪਹੁੰਚਾਉਣਾ ਜ਼ਿਆਦਾ ਮਾਤਰਾ ਦੇ ਵਿੱਚ, ਜ਼ਿਆਦਾ ਪ੍ਰੈਸ਼ਰ ਦੇ ਵਿੱਚ, ਜ਼ਿਆਦਾ ਡੈਂਸਿਟੀ, ਸੰਘਣੀ ਹਵਾ ਅੰਦਰ ਪਹੁੰਚਾਉਣੀ ਆ, ਉਹਦੇ ਵਾਸਤੇ ਖੋਜਕਾਰਾਂ ਨੇ ਦੋ ਚੀਜ਼ਾਂ ਦੀ ਖੋਜ ਕੀਤੀ, ਇੱਕ ਟਰਬੋ ਚਾਰਜਰ ਦੀ ਕੀਤੀ, ਇੱਕ ਸੁਪਰ ਚਾਰਜਰ ਦੀ ਖੋਜ ਕੀਤੀ। ਸੋ ਦੋਵੇਂ ਚੀਜ਼ਾਂ ਦਾ ਕੰਮ, ਮੇਨ ਮਕਸਦ ਕੀ ਆ? ਜ਼ਿਆਦਾ ਪ੍ਰੈਸ਼ਰ ਤੇ ਜ਼ਿਆਦਾ ਮਾਤਰਾ ਦੇ ਵਿੱਚ ਹਵਾ ਅੰਦਰ ਪਹੁੰਚਾਉਣੀ, ਕਿਉਂਕਿ ਕਈ ਵਾਰ ਜੇ ਪਹਾੜੀ ਇਲਾਕੇ 'ਚ ਚਲ ਜਾਈਏ ਤਾਂ ਹਵਾ ਦੀ ਮਾਤਰਾ ਘੱਟ ਜਾਂਦੀ ਆ। ਸੋ ਟਰਬੋ ਚਾਰਜਰ, ਸੁਪਰ ਚਾਰਜਰ ਲੱਗਾ ਹੋਇਆ ਤਾਂ ਜ਼ਿਆਦਾ ਹਵਾ ਅੰਦਰ ਆਉਂਦੀ ਆ। ਸੋ ਹਵਾ ਅੰਦਰ ਆ ਗਈ, ਫਿਊਲ ਪ੍ਰੋਪਰ ਜਾਊਗਾ, ਇੰਜੈਕਟਰ ਸਪਰੇ ਕਰੂਗਾ, ਹਵਾ ਪ੍ਰੋਪਰ ਆ ਗਈ ਅੰਦਰ, ਤਾਂ ਜਦੋਂ ਇੰਜਨ ਨੇ ਉਹਦੀ ਪ੍ਰੋਪਰ, ਜੇ ਪਿਸਟਨ ਰਿੰਗਸ ਸਹੀ ਹੋਣਗੇ ਇੰਜਨ ਦੇ, ਪਿਸਟਨ ਦੇ, ਤਾਂ ਕੰਪਰੈਸ਼ਨ ਪ੍ਰੋਪਰ ਬਣੂਗੀ। ਜੇ ਕੰਪਰੈਸ਼ਨ ਬਣਦਾ ਮਤਲਬ ਕਿ ਹੀਟ,
जे हीट बढ़िया पैदा होगी, ऑक्सीजन पूरी मिल गई, हीट बिल्कुल सही मिल गई, फ्यूल सही मिल गया, तिना च आपसी च कैमिकल रिएक्शन हो गया तो फायर पैदा होनी। और जी फायर आ, और जी फायर आनू बोलते पावर। सो जो फायर पैदा होंगी बोलते पावर, जिदे गड्डी चलती है, जी इंज सिर्फ आ फायर पैदा करने वास्ते सानू सारा कुछ करना पैंदा। इंजन दे विच किन्ने पार्ट्स लगे होंगे आ सिर्फ एक फायर पैदा करने अग। सो ता फ्यूल जरा तरल हो सकता, ठोस हो सकता, गैस के रूप में हो सकता वा, ये पेट्रोल फ्यूल गड्डी गल करिए पेट्रोल, जे डीजल की गल करिए डीजल, जे LPG CNG। सो इना टॉपिक ही, इस तो बाद मैं तुम अपना तिने सिर्फ यही टॉपिक, इस तो बाद थोड़े जे MC क्वेश्चन मैं तुम शेयर करने हैं। हाँ देखो तुहाडी स्क्रीन ते जिहड़ा क्वेश्चन शो हो रहा वा, क्वेश्चन की आ, सो व्हाट इज द नेम ऑफ द पार्ट मार्क्ड एज एक्स, जिहड़ा पार्ट एक्स मार्क कीता होया इहदा नाम की आ। सो कोई बच्चा दस सकदा हैंड रेज करके? कोई हैंड रेज करके दस दे कि आ पार्ट एक्स की आ। सर जिन्हें हैंड रेज किया माड़ा जा उदो सर वह करो माइक ऑन करो। हाँ सर जिन्हें हैंड रेज किया माइक ऑन करो। प्रभजोत सिंह, प्रभजोत सिंह। सो चलो मैं डिस्कस कर लेना कि जेड़ा तड़ा पार्ट एक्स हैगा इनू की बोलते हैं, कंप्रेसर होजिंग। जेड़ा एक्स पार्ट हैगा डैडी दा कंप्रेसर होजिंग, डी ऑप्शन। सो अस तो अगला क्वेश्चन हैगा, व्हाट इज द नेम ऑफ पार्ट ऑफ मार्क्ड एज एक्स, जेड़ा एक्स मार्क कीता होया है कि सर अनम्यूट करो जी अपने आप नूं। हाँ सर आ किन्ने हैंड रेज किया होया डैडी दा? प्रभजोत हाँ सिंह, हुण ओदा की आंसर आऊगा? प्रभजोत सिंह दा की आंसर आऊगा? अपने आप नूं अनम्यूट करके आंसर दो जी। प्रभजोत सिंह एदा की आंसर आऊगा? सर ये टरबाइन व्हील आऊगा जी। वेरी गुड वेरी गुड, टरबाइन व्हील, वेरी गुड। सो अगला क्वेश्चन हैगा, व्हाट इज द पर्पस ऑफ द टर्बो चार्जर, दा की काम आ? हैंड रेज करो। गुरप्रीत सिंह, पंप मोर एयर इनटू द सिलेंडर सर। पंप मोर एयर, हवा ज्यादा भेजूगा सिलेंडर दे अंदर, वेरी गुड। सो गया गा, चलो ये अपना ये टॉपिक है जी किता नहीं अपना। हाँ वेयर इज द टर्बो चार्जर माउंटेड? एग्जॉस्ट मैनिफोल्ड हाँ एग्जॉस्ट मैनिफोल्ड, वेरी गुड। सो हाउ डज द टर्बो चार्जर गेट ड्राइव? सर एग्जॉस्ट गैसेस बाय एग्जॉस्ट गैस, वेरी वेरी गुड। सो अगला अपना ना हुण, धन्यवाद सारे का, बहुत बहुत अपना सारे ने कीमती समा दिता।